नहीं और मैं तुम्हें दिखा दिना जी एक झलक तुम भाई जगतार सिंह तारा होर देख सकते हो भाई जगतार सिंह तारा देंगे ठोक के भाई जगतार सिंह तारा जिंदाबाद जिंदाबाद। स्वागत है दोस्तों तुहाडा अपना सांझा पंजाब टीवी ते मैं भुपिंदर सिंह सज्जन। दोस्तों अज आपां आए हैगे आं कौमी योधे भाई जगतार सिंह तारा नज़रबंद बड़ैल जेल चंडीगढ़। सो उन्हां दी भतीजी दा आनंद कारज हैगा अज इस पिंड दे विच उन्हां नूं केवल 2 घंटे की पैरोल मिली हैगी कि तुसीं इस आनंद कारज दे विच अपनी भतीजी दे आनंद कारज हाज़री भर लो। हालांकि उन्होंने 10 बजे तो लैके ते 3 बजे तक की पैरोल की मंग की सी पर अदालत ने उन्होंने केवल 2 घंटिया की पैरोल दी है। सो वड्डी गिणती विच जिथे उन्हां दे परिवारक मैंबर हाज़र होए ने उत्थे कौम दे सारे आगू जिहड़े कि पंजाब दी इस धरती दे उपर मुड़ उही राज वेखणा चाहुंदे ने वेखणा लोचदे ने जिहड़ा कदी इत्थे होया करदा सी भाव के खालसा राज शेरे पंजाब महाराजा रणजीत सिंह जी वाले उस राज भाग की गल करदा है। सो आ सारे आगू दल खालसा दे आगू भी इत्थे हैगे ने सरदार परमजीत सिंह जी मंड साहब हैगे ने दल खालसा दे सीनियर आगू हैगे ने चीमा जी हैगे ने सीनियर पत्रकार हैगे ने वह भी इत्थे हाज़र होए ने और उन्हों तो इलावा सारे आगू जिहड़े हैगे ने वख वख समूह संगतां इलाके दीआं ते दूर दुराडियां तो सारे सज्जण इत्थे पहुँचे हुए ने। मैं तुहानू अंदर लैके चलदा अंदर मैं तुहानू दिखाऊंगा आनंद कारज होने ने अंदर भाई जगतार सिंह तारा जी दे नाल जिन्हां ने मुलाकातां करनियां ने हरेक नूं चाओ हैगा कि असीं उस कौमी योधे दे मड़ जे दर्शन ही कर लईए नाल ये हैगा कि असीं नाल खड़े हो के फोटो खिचा लईए। सो बड़ा एक चाओ हैगा मैं तुहानू अंदर भी लैके चलूंगा। भाई साहब दास वालों जी आया नो सो गुरु महाराज चढ़ दिया कला बख्शन थानू तंदुरुस्तियां बख्शन सुभागी जोड़ी के सिर ते मेहर भरिया हथ रखन सो दोवें परिवार वालों आईया सारिया संगत रिश्तेदार सब का धन्यवाद जी आया नो सो गुरु महाराज सच्चे पातशाह कृपा कर आओ जी समाग्या ने दिता लास्ट शब्द पढ़ के अपना अरदास हुकमनामे होने ने Oh,
ਸਾਰੀਆਂ ਸੰਗਤਾਂ ਦਾ ਰਿਸ਼ਤੇਦਾਰਾਂ ਦਾ ਸਰ ਸੰਬੰਧੀਆਂ ਦਾ ਸਭ ਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਸਾਰੇ ਵੀਰਾਂ ਦਾ ਧੰਨਵਾਦ ਜੀ ਆਇਆਂ ਨੂੰ ਸੋ ਮਹਾਂਪੁਰਸ਼ ਵੀ ਵਧੀਆ ਨੇ ਇਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਸਰਬ ਸੰਗਤਾਂ ਦਾ ਧੰਨਵਾਦ ਕੋਟਾਨਪੁਰ ਸ਼ੁਕਰ ਗੁਰੂ ਰਸਾ ਮਹਾਰ ਸੱਜੇ ਪਾਤਸ਼ਾਹ ਜੀ ਦਾ ਇਹਨਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਸਾਧ ਸੰਗਤ ਜੀ ਇਹ ਰਸਮਾਂ ਕੀਤੀਆਂ ਨੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸੋ ਗੁਰੂ ਕੇ ਵੀਰਾਂ ਦਾ ਧੰਨਵਾਦ ਸਰਬ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਵਧੀਆ ਧੰਨਵਾਦ ਚੁੱਕਾ ਦੇਖੇਵਾਂ ਆਓ ਗੁਰੂ ਸਾਹਿਬ ਦਾ ਪਾਠ ਅਰਦਾਸ ਕਰਨ ਆਵੇ ਸਰਬ ਸੰਗਤਾਂ ਦਾ ਧੰਨਵਾਦ ਰਾਮ ਕਲੀ ਮਹਾਰਾਤੀ ਜਨਾਂ ਦੇ ਕੁਆਂਕਾਰ ਸੋ ਭਾਈ ਜਗਤਾਰ ਸਿੰਘ ਤਾਰਾ ਤੁਸੀਂ ਦੇਖ ਸਕਦੇ ਹੋ ਇੱਕ ਝਲਕ ਉਹਨਾਂ ਦੀ ਸਾਰੇ ਆਸੇ ਪਾਸੇ ਜਿੰਨੇ ਵੀ ਸੰਗਤ ਹੈਗੇ ਉਹਨਾਂ ਦੀ ਇੱਕ ਝਲਕ ਪਾਉਣ ਦੇ ਲਈ ਇੱਕ ਫੋਟੋ ਹੀ ਹੋ ਜਾਵੇ ਬਸ ਇੰਨੇ ਉਤਾਵਲੀ ਹੈਗੀ ਆ ਸੰਗਤ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਆ ਰਹੇ ਨੇ ਸੋ ਸੰਗਤਾਂ ਦੇ ਵਿੱਚ ਉਤਸ਼ਾਹ ਹੀ ਬਹੁਤ ਜ਼ਿਆਦਾ ਹੈਗਾ ਲੰਗਰ ਹਾਲ ਤੱਕ ਪਹੁੰਚਣ ਨੂੰ ਵੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈਗਾ ਕਿੰਨੀ ਦੇਰ ਹੋ ਗਈ ਬਾਹਰ ਹੀ ਸਾਰਿਆਂ ਦੇ ਮਨ ਵਿੱਚ ਇੱਕ ਉਤਸ਼ਾਹ ਹੈਗਾ ਕਿ ਚਾਓ ਹੈਗਾ ਕਿ ਅਸੀਂ ਉਹਨਾਂ ਦੀ ਇੱਕ ਝਲਕ ਵੇਖ ਲਈਏ ਇੱਕ ਉਹਨਾਂ ਦੇ ਨਾਲ ਫੋਟੋ ਹੀ ਖਿਚਾ ਲਈਏ ਇੰਨਾ ਹੀ ਹੈਗਾ ਸੋ ਕੌਮੀ ਯੋਧੇ ਭਾਈ ਜਗਤਾਰ ਸਿੰਘ ਤਾਰਾ ਅੱਜ ਉਹਨਾਂ ਨੂੰ ਕੇਵਲ 2 ਘੰਟੇ ਦੀ ਪੈਰੋਲ ਜਿਹੜੀ ਕਿ ਦੂਜੀ ਵਾਰੀ ਮਿਲੀ ਹੈ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਭਾਈ ਸਾਹਿਬ ਦੀ ਡੈਥ ਹੋ ਗਈ ਸੀਗੀ ਅਤੇ ਉਹਨਾਂ ਦੇ ਭੋਗ 'ਤੇ ਉਹਨਾਂ ਨੂੰ ਮਿਲੀ ਸੀਗੀ ਅੱਜ ਦੂਸਰੀ ਵਾਰ ਉਹਨਾਂ ਨੂੰ ਪੈਰੋਲ ਮਿਲੀ ਹੈ ਇੱਥੇ ਮੰਜੇ 'ਤੇ ਆ ਜਾਣ ਜੀ ਇੱਧਰ ਇੱਥੇ ਆ ਜਾਓ ਚਲੋ ਮੰਜੇ ਹਾਂ ਪੁੱਲ ਨਹੀਂ 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 ਤਲਵਾੜਾ ਜੀ ਚਿੰਤਾ ਤੁਹਾਡੀ ਫੋਟੋ ਸਭ ਆ ਗਈਆਂ ਮੈਂ ਸਾਰਾ ਕੁਛ ਭੇਜ ਦੇਣਾ ਤੁਹਾਨੂੰ ਸਟੂਡੀਓ ਪਹੁੰਚ ਕੇ ਸਾਰਾ ਕੁਛ ਭੇਜ ਦੇਣਾ ਮੈਂ ਸਾਰਿਆਂ ਨੂੰ ਭੇਜ ਦੇਣੀ ਆ ਸਾਰੇ ਜ਼ਾਬਤੇ ਵਿੱਚ ਹੈਗਾ ਫਿਰ ਕਾਹਨੂੰ ਐਂ ਕਰਦੇ ਆ ਨਾ ਮੇਰੇ ਨਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਪ੍ਰਸ਼ਾਸਨ ਆਗਿਆ ਨਹੀਂ ਦੇ ਰਿਹਾ ਹਾਲਾਂਕਿ ਇੱਥੇ ਅਨਾਊਂਸ ਕੀਤਾ ਗਿਆ ਸੀਗਾ ਕਿ ਭਾਈ ਸਾਹਿਬ ਜੀ ਕੇਵਲ 2 ਮਿੰਟ ਵਾਸਤੇ ਸਹੀ ਪਰ ਪ੍ਰਸ਼ਾਸਨ ਦੇ ਵੱਲੋਂ ਆਗਿਆ ਨਹੀਂ ਹੈ ਸੋ ਉਹਨਾਂ ਨੇ ਸਾਰੀ ਸੰਗਤ ਨੂੰ ਫਤਿਹ ਦੀ ਸਾਂਝ ਪਾਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਭਾਈ ਪਰਮਜੀਤ ਸਿੰਘ ਜੀ ਮੰਡ ਸਾਹਿਬ ਹੈਗੇ ਨੇ ਭਾਈ ਸਾਹਿਬ ਜੀ ਹੈਗੇ ਨੇ ਭਾਈ ਸਾਹਿਬ ਜੀ ਕੁਛ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਧੰਨਵਾਦ ਜਿਹੜਾ 2 ਘੰਟੇ ਹੀ ਗਵਰਨਮੈਂਟ ਨੇ ਦਿੱਤੇ ਆ ਵੈਸੇ ਤਾਂ ਇਹਨਾਂ ਨੇ ਜਿੰਨੀ ਮੰਗੀ ਸੀ ਪਰੋਲ 10 ਤੋਂ ਲੈ ਕੇ 3 ਵਜੇ ਤੱਕ ਉਹਨੇ ਦੇਣੀ ਚਾਹੀਦੀ ਸੀ ਗਵਰਨਮੈਂਟ ਨੂੰ ਅਤੇ ਗਵਰਨਮੈਂਟਾਂ ਦਾ ਕਹਿ ਰਿਹਾ ਕਿ ਮਤਲਬ 2 ਘੰਟੇ ਦਾ ਕੋਈ ਟਾਈਮ ਵੀ ਨਹੀਂ ਹੁੰਦਾ ਸਮਾਂ ਵੀ ਨਹੀਂ ਹੁੰਦਾ ਬਹੁਤ ਵੀਰ ਆ ਜਿਹੜੇ ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ ਆਪਣਾ ਰਿਸ਼ਤੇਦਾਰ ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ ਅੱਜ ਉਹਨਾਂ ਦੀ ਭਤੀਜੀ ਦਾ ਉਹਨਾਂ ਦੀ ਲੜਕੀ ਦਾ ਹੀ ਕਿਸਮ ਦੀ ਮੈਰਿਜ ਸੀਗੀ ਸੋ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਉਸ ਵੀਰ ਦੀ ਗੈਰਹਾਜ਼ਰੀ ਦੇ ਵਿੱਚ ਅਤੇ ਬਹੁਤ ਧੰਨਵਾਦ ਹੀ ਹਾਂਜੀ ਕਰਦੇ ਨੇ ਸੀਨੀਅਰ ਪੱਤਰਕਾਰ ਸਾਹਿਬ ਹੈਗੇ ਨੇ ਭਾਈ ਸਾਹਿਬ ਜੀ ਕੁਛ ਕਹਿਣਾ ਚਾਹੁੰਦੇ ਹੋ
ਦੇਖੋ ਮੈਂ ਜਿਹੜਾ ਇਹ ਵੱਡਾ ਇਕੱਠ ਵੇਖ ਰਿਹਾ ਵਾਂ ਔਰ ਖਾਸ ਤੌਰ 'ਤੇ ਜਿਹੜੇ ਨੌਜਵਾਨਾਂ ਦੀ ਹਾਜ਼ਰੀ ਵੇਖ ਰਿਹਾ ਉਸ ਤੋਂ ਮੈਨੂੰ ਲੱਗਦਾ ਕਿ ਵੇਖੋ ਮਤਲਬ ਇਹ ਸਾਡੇ ਕੌਮੀ ਯੋਧੇ ਵਾਸਤੇ ਉਹ ਕਿੰਨੇ ਹਰਮਨ ਪਿਆਰੇ ਨੇ ਵੀ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਉਹਨਾਂ ਨੂੰ ਮਿਲਣ ਲਈ ਉਹਨਾਂ ਨਾਲ ਤਸਵੀਰ ਖਿਚਾਉਣ ਲਈ ਮਤਲਬ ਕਿੰਨੇ ਉਤਾਵਲੇ ਨੇ। ਮੈਂ ਕਹਿੰਦਾ ਕਿ ਆਉਣ ਵਾਲੇ ਦਿਨ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਉਹ ਰੋਸ਼ਨ ਹੈ, ਸਾਡਾ ਭਵਿੱਖ ਰੋਸ਼ਨ ਹੈ। ਭਾਈ ਸਾਹਿਬ ਜੀ ਦਾ ਕਹਿਣਾ ਹੈਗਾ, ਮੇਰੇ ਨਾਲ ਪਰਮਜੀਤ ਸਿੰਘ ਜੀ ਮਨ ਸਾਹਿਬ ਹੈਗੇ ਨੇ। ਮਨ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਦੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਆ, ਔਰ ਜਿੰਨਾ ਮਿੱਠਾ ਸੁਭਾਅ ਆ ਉਹਨਾਂ ਦਾ ਮੈਂ ਵੇਖਿਆ ਹੈ। ਵੀ ਕਈ ਵਾਰੀ ਤਾਂ ਇਹ ਹੁੰਦਾ ਨਾ ਬੰਦੇ ਨੂੰ ਤਸਵੀਰਾਂ ਅਤੇ ਫੋਟੋਆਂ 'ਤੇ ਵਹਿੰਦੇ ਹੋਰ ਗੱਲ ਹੁੰਦੀ, ਪਰ ਜਿਸ ਤਰੀਕੇ ਦੇ ਨਾਲ ਉਹ ਸੰਗਤਾਂ ਨੂੰ ਮਿਲਦੇ ਨੇ ਜੀ, ਇਹੀ ਉਹਨਾਂ ਦਾ ਜਿਹੜਾ ਮਿਲਵਰਤਨਾ ਸੁਭਾਅ ਆ ਔਰ ਗੁਰੂ ਦੀ ਜਿਹੜੀ ਬਖਸ਼ਿਸ਼ ਆ ਉਹਨਾਂ ਦੇ ਉੱਤੇ ਕਿ ਇੰਨੇ ਮਿੱਠੇ ਸੁਭਾਅ ਵਾਲੇ ਨੇ, ਇਹੋ ਇੱਕ ਕਾਰਨ ਕੌਮ ਦੇ ਦਿਲਾਂ ਦੇ ਵਿੱਚ ਵੱਸਦੇ ਨੇ। ਔਰ ਨੌਜਵਾਨ ਇੱਥੇ ਜਿਵੇਂ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਪਹੁੰਚੇ ਨੇ ਔਰ ਸਾਰਿਆਂ ਨੂੰ ਜਿਸ ਤਰੀਕੇ ਨਾਲ ਮਿਲੇ, ਕਿਸੇ ਨੂੰ ਜਾਣਦੇ ਨਹੀਂ ਜਾਣਦੇ ਵੱਖਰੀ ਗੱਲ, ਬਹੁਤ ਸਾਰੇ ਸੱਜਣੇ ਤੇ ਉਹਨੇ ਜਿਨ੍ਹਾਂ ਦੀ ਉਹਨਾਂ ਦੇ ਨਾਲ ਸਾਂਝ ਹੈ, ਜਿਨ੍ਹਾਂ ਨੂੰ ਪਰਸਨਲੀ ਜਾਣਦੇ ਨੇ, ਜਿਵੇਂ ਜਥੇਬੰਦੀਆਂ ਦੇ ਉਹਨਾਂ ਨੂੰ ਜਾਣਦੇ ਜਾਣਦੇ ਨੇ। ਪਰ ਮੈਂ ਵੇਖਿਆ ਜਿਹੜੇ ਲੋਕ ਜਿਹੜੇ ਜਥੇਬੰਦੀਆਂ ਦੇ ਵਿੱਚ ਨਹੀਂ ਵੀ ਵਿਚਰਦੇ, ਜਿਹੜੇ ਚਿਹਰੇ ਨਹੀਂ ਵੀ, ਉਹਨਾਂ ਨੂੰ ਜਿਸ ਤਰੀਕੇ ਨਾਲ ਆਪਣੇ ਕਲਾਵੇ 'ਚ ਲੈ ਕੇ ਮਿਲਦੇ ਨੇ ਨਾ ਜੀ, ਇਹੀ ਇੱਕ ਖਿੱਚ ਆ ਔਰ ਇਹੀ ਇੱਕ ਝਲਕ ਦਿਸਦੀ ਆ ਵੀ ਇੱਦਾਂ ਦੇ ਹੁੰਦੇ ਨੇ ਕੌਮ ਦੇ ਆਗੂ। ਉਹ ਨਹੀਂ ਹੁੰਦੇ ਜਿਨ੍ਹਾਂ ਨੂੰ 20-25-25-100 ਬੋਡੀਗਾਰਡ ਲੈ ਕੇ ਅਤੇ ਸੰਗਤਾਂ ਤੋਂ ਪਰੇ ਪਰੇ ਲੈ ਜਾਣ। ਸੋ ਇਹ ਆ ਖਾਲਸੇ ਦਾ ਰਾਜ, ਜਿਹੜੀਆਂ ਝਲਕਾਂ ਵੇਖਣੀਆਂ ਨਾ ਵੀ ਖਾਲਸੇ ਦੇ ਰਾਜ 'ਚ ਇੱਦਾਂ ਦੇ ਆਗੂ ਨੇ ਅਤੇ ਇਵੇਂ ਲੋਕਾਂ ਦੇ ਵਿੱਚੋਂ ਵਿਚਰਦੇ ਹੋਣਗੇ। ਸੋ ਇਹ ਝਲਕ ਹੀ ਇੱਕ ਹਿਸਾਬ ਦੇ ਨਾਲ ਇੱਥੇ ਸਾਨੂੰ ਮਿਲਦੀ ਹੈ ਆਪਣੇ ਭਵਿੱਖ ਦੀ। ਰੂਹ ਅੱਜ ਖੁਸ਼ ਹੋਈ ਤੁਹਾਡੇ ਚਿਹਰੇ ਤੋਂ ਲੱਗਦਾ? ਬਿਲਕੁਲ ਬਿਲਕੁਲ, ਸਾਰਿਆਂ ਦੀ ਹੁੰਦੀ ਹੈ ਜੀ, ਸਾਰਿਆਂ ਦੀ ਤਮੰਨਾ ਹੁੰਦੀ ਹੈ ਇਹੋ ਜਿਹੇ ਯੋਧਿਆਂ ਦੇ ਦਰਸ਼ਨ ਕਰਨੇ, ਔਰ ਜਦੋਂ ਤੁਸੀਂ ਉਹਨਾਂ ਦੀ ਜੱਫੀ ਪਾ ਕੇ ਮਿਲ ਕੇ ਆਏ ਉਹ ਤਾਂ ਫਿਰ ਰੂਹ ਤਾਂ ਖੁਸ਼ ਹੁੰਦੀ ਹੈ। ਗੁਰੂ ਮਹਾਰਾਜ ਮਿਹਰ ਕਰਨ, ਜਿਹੜੇ ਰਸਤੇ ਤੋਂ ਤੁਰੇ ਨੇ ਉਹ ਖਾਲਸਾ ਰਾਜ ਇੱਕ ਦਿਨ ਅਸੀਂ ਇਸ ਧਰਤੀ ਦੇ ਉੱਤੇ ਰੂਪਮਾਨ ਕਰਨ ਦੇ ਵਿੱਚ ਕਾਮਯਾਬ ਹੋ ਸਕੀ। ਜ਼ਰੂਰ। ਸੋ ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਇੱਦਾਂ ਦੇ ਆਗੂ, ਕਈ ਸਵਾਲ ਕਰਦੇ ਆ ਵੀ ਖਾਲਸਾ ਰਾਜ ਹੋਊਗਾ ਤਾਂ ਕਿੱਦਾਂ ਦੇ ਆਗੂ ਹੋਣਗੇ, ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਇੱਦਾਂ ਦੇ ਆਗੂ ਜਿਹੜੇ ਬਿਨਾਂ ਸਿਕਿਉਰਟੀਆਂ ਤੋਂ, ਆ ਤਾਂ ਸਿਕਿਉਰਟੀ ਕਿਉਂਕਿ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗੇ ਅਤੇ ਸਰਕਾਰ ਉਹਨਾਂ ਨੂੰ 2 ਘੰਟੇ ਦੇ ਪਰੋਲ ਦੇ ਕੇ ਇੱਥੇ ਭੇਜਿਆ ਹੈਗਾ, ਪਰ ਉਹ ਇਸ ਤਰੀਕੇ ਦੇ ਨਾਲ ਜਿਵੇਂ ਵੀਰ ਨੇ ਆਖਿਆ ਇੱਦਾਂ ਦਾ ਹੋਊਗਾ ਖਾਲਸਾ ਰਾਜ ਔਰ ਉਸ ਖਾਲਸਾ ਰਾਜ ਦੇ ਆਗੂ ਇੱਦਾਂ ਦੇ ਹੋਣਗੇ। ਵੀਰ ਹੋਰ ਹੈਗੇ ਨੇ, ਮੈਂ ਮਰਜ਼ੀ ਆਪਣੀ ਬੱਚੀ ਦਾ ਚਿਹਰਾ ਵੀ ਵਿਖਾ ਦਿੰਦਾ ਜੀ। ਮੇਰਾ ਬੜਾ ਦਿਲ ਕਰਦਾ ਕਿ ਇੱਕ ਮੈਂ ਹੋਰ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਜਿੰਨੇ ਵੀ ਆਪਾਂ ਪਰਿਵਾਰਾਂ ਵਾਲੇ ਹੈਗੇ ਹਾਂ, ਆਪਾਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਇਆ ਕਰੀਏ, ਉਹਨਾਂ ਯੋਧਿਆਂ ਦੇ ਦਰਸ਼ਨ ਕਰਾਇਆ ਕਰੀਏ। ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਹੁੰਦਾ ਹੈਗਾ ਤਾਂ ਉਹਨੂੰ ਉੱਦਾਂ ਦਾ ਮਾਹੌਲ, ਉੱਦਾਂ ਦੇ ਮਾਹੌਲ ਵਿੱਚ ਉਹ ਵਿਚਰੇ ਤਾਂ ਬੱਚੇ ਦੇ ਉੱਪਰ ਉਹਦਾ ਅਸਰ ਹੁੰਦਾ। ਜਦੋਂ ਬੱਚੇ ਦੀ ਪਰਵਰਿਸ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਸ ਵੇਲੇ ਜਿਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਤਾਂ ਬੱਚਿਆਂ ਦੇ ਉੱਪਰ ਉੱਦਾਂ ਦੀ ਰੰਗਤ ਜ਼ਰੂਰ ਚੜ੍ਹਦੀ ਹੈ। ਜਦੋਂ ਬੱਚੇ ਵੱਡੇ ਹੋਣਗੇ, ਸਾਨੂੰ ਚੇਤਾ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਤਾਂ ਜਿਹਨਾਂ ਥਾਵਾਂ ਦੇ ਉੱਪਰ ਜਾਂਦੇ ਹੁੰਦੇ ਸੀ, ਜਿਹੜਾ ਚਿਹਰਾ ਨੂੰ ਆਪਾਂ ਵੇਖਦੇ ਹੁੰਦੇ ਸੀਗੇ, ਸੋ ਉੱਦਾਂ ਦੇ ਚਿਹਰੇ ਸਾਡੇ ਜ਼ਿਹਨ ਦੇ ਵਿੱਚ ਅੱਜ ਵੀ ਬੜੇ ਹੋਏ ਆ। ਸੋ ਜਿੱਥੇ ਵੀਰ ਪਰਮਜੀਤ ਸਿੰਘ ਮੰਡ ਹੋਣਾ ਦੀ ਰੂਹ ਖੁਸ਼ ਹੋਈ ਹੈ, ਉੱਥੇ ਆ ਬੱਚੀ ਵੀ ਆਖਣ ਡਈ ਸੀ ਕਹਿੰਦੀ ਪਾਪਾ ਮੈਂ ਵੀ ਅੰਕਲ ਨੂੰ ਮਿਲਣਾ। ਸੋ ਇਹਨੇ ਵੀ ਅੰਕਲ ਦੀ ਗੋਦ ਦੇ ਵਿੱਚ ਬਹਿ ਕੇ ਫੋਟੋ ਖਿਚਾਈ ਹੈ ਔਰ ਇਹਦੀ ਵੀ ਰੂਹ ਜ਼ਰੂਰ ਖੁਸ਼ ਹੋਈ ਹੈ। ਨੌਜਵਾਨ ਵੀਰ ਹੋਰ ਵੀ ਆਏ ਹੋਏ ਨੇ, ਵੀਰ ਕੁਛ ਕਹਿਣਾ ਚਾਹੁੰਦੇ ਹੋ ਅੱਜ? ਦੇਖੋ ਇਹ ਭਾਰਤ ਲਈ ਤਾਂ ਹੋ ਸਕਦਾ ਵੀ ਕ੍ਰਿਮੀਨਲ ਹੋਣ ਜੀ, ਪਰ ਇਹ ਪੰਜਾਬ ਦੇ ਯੋਧੇ ਨੇ, ਸਿੱਖ ਕੌਮ ਦੇ ਹੀਰੇ ਨੇ। ਇਹ ਤੁਹਾਨੂੰ ਲੋਕਾਂ ਦਾ ਇਕੱਠ ਦੱਸਦਾ ਹੋਣਾ ਕਿਉਂਕਿ ਇਹ ਕੋਈ ਧਾਰਮਿਕ ਸਮਾਗਮ ਨਹੀਂ, ਉਹਨਾਂ ਦੇ ਘਰ ਦਾ ਪ੍ਰੋਗਰਾਮ ਸੀ, ਫਿਰ ਵੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਜਥੇਬੰਦੀਆਂ ਉਹਨਾਂ ਦੇ ਰਾਹ ਦੇ ਪੰਧੀ ਇੱਥੇ ਪਹੁੰਚੇ ਹੋਏ ਨੇ ਅਤੇ ਉਸ ਕਾਨੂੰਨ ਦੇ ਮੂੰਹ 'ਤੇ ਚਪੇੜ ਵੀ ਹੈ ਵੀ ਤੁਸੀਂ ਚਾਹੇ ਕਿੰਨਾ ਵੀ ਜ਼ਬਰ ਕਰ ਲਓ ਪਰ ਇਹ ਸੰਗਤਾਂ ਹੈ ਜਿਹੜਾ ਲੋਕਾਂ ਦਾ ਹੜ ਹੈ, ਲੋਕਾਂ ਦੀ ਜਿਹੜੀ ਲੋਕ ਰਾਏ ਹੈ ਉਹ ਇਹ ਦੱਸਦੀ ਹੈ ਵੀ ਇਹ ਸਾਡੇ ਯੋਧੇ ਹੈ, ਇਹ ਸਾਡੀ ਕੌਮ ਦੇ ਹੀਰੇ ਆ, ਸਾਰੀ ਸਿੱਖ ਕੌਮ ਨੂੰ ਇਹਨਾਂ 'ਤੇ ਮਾਣ ਹੈ। ਇਹ ਤੁਸੀਂ ਸੰਗਤਾਂ ਦਾ ਇੱਥੇ ਇਕੱਠ ਦੇਖ ਕੇ ਦੇਖ ਸਕਦੇ ਹੋ ਕਿ ਭਾਰਤ ਲਈ ਤਾਂ ਉਹ ਕ੍ਰਿਮੀਨਲ ਹੋ ਸਕਦੇ ਆ ਪਰ ਸਿੱਖ ਕੌਮ ਦੇ ਉਹ ਹੀਰੇ ਨੇ, ਪੰਜਾਬ ਦੇ ਉਹ ਯੋਧੇ ਨੇ ਅਤੇ ਸਾਰੇ ਹੀ ਨੌਜਵਾਨਾਂ ਅੰਦਰ, ਸਾਰੇ ਲੋਕਾਂ ਅੰਦਰ ਜੋ ਉਹਨਾਂ ਪ੍ਰਤੀ ਦਿਲ 'ਚ ਸਤਿਕਾਰ ਹੈ ਉਹ ਜੱਗ ਜ਼ਾਹਰ ਹੈ, ਉਹ ਕੋਈ ਲੁਕਵਾਂ ਨਹੀਂ ਹੈਗਾ। ਤੋ ਬਹੁਤ ਬਹੁਤ ਧੰਨਵਾਦ ਹੈ, ਪਰਿਵਾਰ ਦਾ ਪਰਿਵਾਰ ਨੂੰ ਵਧਾਈ ਹੈ ਜੀ ਕਿ ਉਹ ਇਸ ਕਾਰਜ 'ਤੇ ਉਹਨਾਂ ਨੂੰ ਪੈਰੋਲ ਜਿਹੜੀ ਮਿਲੀ ਹੈ, ਜਿੰਨੀ ਉਹਨਾਂ ਮੰਗੀ ਸੀ ਉਹਨੂੰ ਮਿਲਣੀ ਚਾਹੀਦੀ ਸੀ ਜੀ, ਚਲੋ ਫਿਰ ਵੀ ਜਿੰਨੀ ਮਿਲੀ ਹੈ ਉਹਨੀ ਠੀਕ। ਜ਼ਰੂਰ ਜ਼ਰੂਰ ਜੀ। ਸੋ ਹੋਰ ਵੀ ਸੱਜਣ ਹੈਗੇ ਨੇ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਹੋਏ ਨੇ, ਮੈਂ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂ। ਭਾਈ ਤਾਰਾ ਜੀ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਜੇ ਆਪਾਂ ਮਾੜੀ ਮੋਟੀ ਜੇ ਫਤਿਹ ਦੀ ਹੀ ਸਾਂਝ ਹੋ ਸਕੀ ਤਾਂ ਮੈਂ ਤੁਹਾਡੀ ਫਤਿਹ ਦੇ ਨਾਲ ਹੀ ਸਾਂਝ ਪਵਾਊਂਗਾ। ਸਰਦਾਰ ਰਾਜਾ ਰਾਜ ਸਿੰਘ ਜੀ, ਨਿਹੰਗ ਸਿੰਘ ਫੌਜਾਂ ਉਹ ਵੀ ਇੱਥੇ ਹਾਜ਼ਰੀ ਭਰਨ ਵਾਸਤੇ ਆਈਆਂ ਹੋਈਆਂ ਨੇ। ਸਰਦਾਰ ਰਾਜਾ ਰਾਜ ਸਿੰਘ ਜੀ, ਰਾਜਾ ਰਾਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਆਨੰਦ ਕਾਰਜ ਦੇ ਵਿੱਚ ਹਾਜ਼ਰ ਹੋਣ ਵਾਸਤੇ ਆਏ ਹੋ, ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਮਿਲੇ, ਕੀ ਹਾਲਾਤ ਨੇ ਮਨ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜੇ ਬੰਦੀ ਸਿੰਘ ਨੇ ਉਹ ਯੋਧੇ
ਅਤੇ ਜਿਹੜੇ ਬਲਾਤਕਾਰੀ ਨੇ ਸੌਦਾ ਸਾਧ ਵਰਗੇ ਗੁੰਡੇ ਜੀ ਜਿਨ੍ਹਾਂ ਉੱਤੇ ਬਲਾਤਕਾਰ ਦਾ ਵੀ ਦੋਸ਼ ਸਿੱਧਾ 20-20 ਸਾਲ ਕੈਦ ਹੋਈ ਆ, ਉਮਰ ਕੈਦ ਵੀ ਕਤਲ ਕੇਸ ਦੇ ਵਿੱਚ ਆ, ਹੋਰ ਵੀ ਕੇਸ ਪੈਂਡਿੰਗ ਨੇ ਜੀ। ਉਹਨਾਂ ਨੂੰ ਮੈਨੂੰ ਲੱਗਦਾ 1 ਸਾਲ ਦੇ ਅੰਦਰ 8-9 ਵਾਰੀ ਜਿਹੜੀ ਹੈਗੀ ਪਰੋਲ ਮਿਲ ਗਈ ਜੀ ਜੀ ਬਿਲਕੁਲ। ਅਤੇ ਬੰਦੀ ਸਿੰਘਾਂ ਨੂੰ ਕਿਸੇ ਵੀ ਪਰੋਲ ਨਹੀਂ ਹੈਗੀ। ਭਾਈ ਜਗਤਾਰ ਸਿੰਘ ਤਾਰਾ ਅੱਜ 3 ਘੰਟੇ ਦਿੱਤੀ ਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਪਿਓਲਾ, ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੂੰ ਤਾਂ ਮਿਲੀ ਹੋਈ ਨਹੀਂ ਪਰੋਲ ਜੀ ਜੀ। ਅਤੇ ਸਿੱਖਾਂ ਨਾਲ ਧੱਕਾ, ਗੁਲਾਮੀ ਦੀ ਨਿਸ਼ਾਨੀ ਆ ਇਹ, ਕੋਈ ਨਹੀਂ। ਗੁਰੂ ਸਾਹਿਬ ਕਿਰਪਾ ਕਰਨਗੇ, ਮੋਰਚਾ ਲੱਗਿਆ ਹੋਇਆ ਵਾ ਬੰਦੀ ਸਿੰਘਾਂ ਦੀ, ਬਹੁਤਾ ਚਿਰ ਨਹੀਂ ਹੁਣ ਰਹਿੰਦੇ ਜੀ। ਗੁਰੂ ਸਾਹਿਬ ਬਹੁਤ ਕਿਰਪਾ ਕਰਨਗੇ, ਛੇਤੀ ਸਾਰੇ ਬਾਹਰ ਆਉਣਗੇ ਜੀ। ਜ਼ਰੂਰ ਜੀ, ਛੇਤੀ ਹੀ ਸਾਰੇ ਬਾਹਰ ਆਉਣਗੇ। ਇੱਦਾਂ ਦੀ ਗੱਲ ਕੀਤੀ ਹੈ, ਅਰਦਾਸ ਵੀ ਕਰਦੀ ਹੈ ਸਾਰੀ ਸਿੱਖ ਕੌਮ, ਅਰਦਾਸ ਕਰਦੀ। ਮੈਂ ਤੁਹਾਨੂੰ ਦੱਸ ਦਿੰਦਾ ਕਿ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਜਿਹਦੇ ਬਾਬਤ ਉਹਨਾਂ ਨੇ ਕੋਰਟ ਦੇ ਵਿੱਚ ਵੀ ਬਾਕਾਇਦਾ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਜੱਜ ਸਾਹਿਬ ਨੂੰ, ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਲਈ ਜ਼ਰੂਰੀ ਹੋ ਗਿਆ ਸੀਗਾ, ਉਹਨਾਂ ਨੇ ਇਕਬਾਲ ਕੀਤਾ ਹੋਇਆ ਕਿ ਅਸੀਂ ਇਹ ਕੰਮ ਕੀਤਾ ਔਰ ਕਿਉਂ ਕੀਤਾ ਉਹਨਾਂ ਨੇ ਬਾਕਾਇਦਾ ਉਹ ਵੀ ਲਿਖਿਆ ਹੋਇਆ, ਔਰ ਥੱਲੇ ਸਾਈਨ ਕੀਤੇ ਹੋਏ ਨੇ ਜਗਤਾਰ ਸਿੰਘ ਤਾਰਾ ਨਾਲ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ। ਮੈਂ ਤੁਹਾਨੂੰ ਦੱਸਦਾ ਕਿ ਸਨ 1995 ਦੇ ਵਿੱਚ 31 ਅਗਸਤ ਨੂੰ ਸ਼ਾਮ ਨੂੰ 5:15 ਚੰਡੀਗੜ੍ਹ ਦੀ ਸੈਕਟਰੀਅਟ ਦੇ ਵਿੱਚ ਇੱਕ ਧਮਾਕਾ ਹੁੰਦਾ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਹਿਊਮਨ ਬੰਬ ਦੇ ਦੁਆਰਾ ਉਡਾ ਦਿੱਤਾ ਜਾਂਦਾ ਹੈਗਾ। ਸੋ ਉਹਨਾਂ ਦਾ ਕਹਿਣਾ ਸੀਗਾ ਕਿ ਫੇਕ ਐਨਕਾਊਂਟਰਾਂ ਦਾ ਦੌਰ, ਸਿੱਖ ਕੌਮ ਵੀ ਮਹਿਸੂਸ ਕਰਦੀ ਹੈ ਕਿ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਫੇਕ ਐਨਕਾਊਂਟਰ ਹੁੰਦੇ ਸੀਗੇ ਉਹਦਾ ਦੌਰ ਖਤਮ ਹੋ ਗਿਆ ਸੀਗਾ। ਸਨ 2004 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ, ਆਪਣੇ ਇੱਕ ਹੋਰ ਸਾਥੀ ਜਿਹੜਾ ਕਿ ਜੇਲ੍ਹ ਦੇ ਵਿੱਚ ਉਮਰ ਕੈਦੀ ਸਜ਼ਾ ਭੁਗਤ ਰਹੇ ਦੇਵੀ ਸਿੰਘ, ਉਹ ਚਾਰੋਂ ਜਣੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸੀਗੇ। ਉਸ ਤੋਂ ਬਾਅਦ 1 ਵਰੇ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਜੀ ਦੁਬਾਰਾ ਅਰੈਸਟ ਹੁੰਦੇ ਨੇ, ਭਾਈ ਪਰਮਜੀਤ ਸਿੰਘ ਭਿਓਰਾ 2 ਵਰਿਆਂ ਬਾਅਦ ਅਤੇ ਭਾਈ ਜਗਤਾਰ ਸਿੰਘ ਤਾਰਾ 11 ਸਾਲ ਬਾਅਦ 2015 'ਚ ਥਾਈਲੈਂਡ ਦੀ ਧਰਤੀ ਤੋਂ ਪੰਜਾਬ ਦੀ ਪੁਲਿਸ ਅਰੈਸਟ ਕਰਕੇ ਦੁਬਾਰਾ ਫਿਰ ਉਸੇ ਹੀ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ, ਜਿੱਥੋਂ ਅੱਜ ਉਹਨਾਂ ਨੂੰ 2 ਘੰਟੇ ਦੀ ਪੈਰੋਲ 'ਤੇ ਉਹਨਾਂ ਦੀ ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਲਿਆਂਦਾ ਗਿਆ ਹੈਗਾ। ਇੱਥੇ ਹੋਰ ਵੀ ਸੱਜਣ ਹੈਗੇ ਨੇ, ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀ ਸਾਰਿਆਂ ਦੇ ਨਾਲ ਥੋੜ੍ਹੀ ਥੋੜ੍ਹੀ ਫਤਿਹ ਦੀ ਸਾਂਝੀ ਹੋ ਜਾਵੇ, ਚਾਹੇ ਭਾਈ ਜਗਤਾਰ ਸਿੰਘ ਤਾਰਾ ਜੀ ਦੀ ਝਲਕ ਵੀ ਤੁਹਾਨੂੰ ਵਿਖਾਵਾਂਗੇ ਔਰ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ, ਥੋੜ੍ਹੀ ਥੋੜ੍ਹੀ ਗੱਲਬਾਤ। ਜੇ ਫਤਿਹ ਦੀ ਸਾਂਝੀ ਹੋ ਸਕੀ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਓਨਾ ਹੀ ਹੋ ਜਾਵੇ ਤਾਂ ਓਨਾ ਵੀ ਬਹੁਤ ਹੈਗਾ। ਹੋਰ ਵੀ ਸੱਜਣ ਹੈਗੇ ਨੇ, ਮੈਂ ਕੋਸ਼ਿਸ਼ ਕਰਦਾ ਜਿੰਨੀ ਜਿੰਨੀ ਵੀ ਮਾੜੇ ਹਰ ਇੱਕ ਦੇ ਮਨ ਵਿੱਚ ਕੁਛ ਕੋਈ ਨਾ ਕੋਈ ਗੱਲ ਜ਼ਰੂਰ ਘੁੰਮਦੀ ਹੁੰਦੀ ਆ ਕਿ ਆਪਾਂ ਉਹਨਾਂ ਦੇ ਸੰਬੰਧ ਵਿੱਚ ਗੱਲ ਕਰ ਲਈਏ ਕੋਈ ਨਾ ਕੋਈ। ਭਾਈ ਸਾਹਿਬ ਜੀ ਕੁਛ ਹੈ ਕਹਿਣ ਨੂੰ? ਧੰਨਵਾਦ ਜੀ, ਬਹੁਤ ਬਹੁਤ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ, ਉਹਨਾਂ ਨੂੰ ਆਨੰਦ ਕਾਰਜ ਵਿੱਚ ਸ਼ਾਮਿਲ ਹੋਣ ਦੀ ਜੋ ਇਜਾਜ਼ਤ ਮਿਲੀ ਆ, ਬਹੁਤ ਬਹੁਤ ਧੰਨਵਾਦ ਜੀ। ਜੀ ਜ਼ਰੂਰ, ਭਾਈ ਸਾਹਿਬ ਨੇ ਧੰਨਵਾਦ ਹੀ ਕੀਤਾ ਹੈਗਾ। ਹਾਲਾਂਕਿ ਕੰਪੈਰੀਜ਼ਨ ਵੀ ਹੁੰਦੇ ਹੈਗੇ, ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਸੌਦਾ ਸਾਧ ਜਿਹਦੇ ਬਾਰੇ ਭਾਈ ਰਾਜਾ ਰਾਜ ਸਿੰਘ ਜੀ ਨੇ ਵੀ ਗੱਲ ਆਖੀ ਹੈਗੀ ਆ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਮੈਂ ਕਿ ਮੈਨੂੰ ਲੱਗਦਾ ਕਿ ਸਿੱਖਾਂ ਨੂੰ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਹੈਗਾ। ਸੌਦਾ ਸਾਧ ਇੱਕ ਜਬਰਜਨਾ ਔਰ ਆਪਣੀਆਂ ਸਾਧਵੀਆਂ ਦਾ ਮਰਡਰ ਕਰਨ ਦਾ ਦੋਸ਼ੀ ਹੈਗਾ ਔਰ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਕੋਈ ਮੰਤਵ, ਉਹਨਾਂ ਦਾ ਕੋਈ ਮੋਟਿਵ ਹੈਗਾ ਜਿਹੜਾ ਕਿ ਉਹਨਾਂ ਨੇ, ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟਿਆ, ਅਦਾਲਤ ਦੇ ਵਿੱਚ ਉਹਨਾਂ ਨੇ ਇਕਬਾਲ ਵੀ ਕੀਤਾ ਹੋਇਆ ਬਕਾਇਦਾ ਜੋ ਸਟੇਟਮੈਂਟ ਹੈਗੀ ਆ, ਸੋ ਉਹ ਉਹਨਾਂ ਰਾਹਾਂ ਦੇ ਪਾਂਧੀ ਹੈਗੇ ਆ। ਸੋ ਉਹਨਾਂ ਰਾਹਾਂ ਦੇ ਪਾਂਧੀਆਂ ਨੂੰ ਤਾਂ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਔਰ ਜਿਹੜੀ ਗੱਲ ਹੈਗੀ ਆ ਕੱਲ੍ਹ ਵੀ ਕੀਤੀ ਸੀਗੀ ਕਿ ਜਿਹੜੀ ਉਹਨੂੰ 21 ਦਿਨਾਂ ਦੀ ਪੈਰੋਲ ਮਿਲ ਜਾਂਦੀ ਆ 2-1 ਮਹੀਨੇ ਸੌਦਾ ਸਾਧ ਨੂੰ, ਇੱਥੇ ਤਾਂ ਉਹ ਤਾਂ ਬਹੁਤ ਛੋਟੀ ਗੱਲ ਹੈਗੀ ਹੈ। ਮੈਨੂੰ ਤਾਂ ਲੱਗਦਾ ਕਿ ਇੱਥੇ ਤਾਂ ਨਵੰਬਰ 1984 ਦੇ ਵਿੱਚ ਜਦੋਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਦਿੱਲੀ ਸਮੇਤ ਅੱਡ ਸ਼ਹਿਰਾਂ ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੁੰਦਾ ਹੈਗਾ ਅਤੇ ਉਸ ਕਤਲੇਆਮ ਦੇ ਜਿਹੜੇ ਦੋਸ਼ੀ ਹੈਗੇ ਨੇ, ਮੈਂ ਟਾਈਟਲਰ ਵਰਗਿਆਂ ਦੀ ਗੱਲ ਕਰਦਾ, ਉਹਨਾਂ ਨੂੰ ਤਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਟਿਕਟਾਂ ਦੇ ਕੇ ਵੀ ਨਵਾਜਿਆ ਜਾਂਦਾ ਹੈਗਾ, ਫਿਰ ਜਿਤਾਇਆ ਜਾਂਦਾ, ਫਿਰ ਜਿਨ੍ਹਾਂ ਦਾ ਜੈਨੋਸਾਈਡ ਕੀਤਾ ਹੈਗਾ ਉਹਨਾਂ ਦੇ ਸਿਰ ਦੇ ਉੱਪਰ ਬਹਾਇਆ ਜਾਂਦਾ ਕਿ ਤੁਸੀਂ ਇਹਨਾਂ ਦੇ ਸਿਰਾਂ ਦੇ ਉੱਪਰ ਬੈਠ ਕੇ ਅਤੇ ਰਾਜ ਕਰੋ। ਸੋ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ। ਉਹ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇੱਕ ਝਲਕ, ਤੁਸੀਂ ਭਾਈ ਜਗਤਾਰ ਸਿੰਘ ਤਾਰਾ ਹੋਰਾਂ ਦੀ ਦੇਖ ਸਕਦੇ ਹੋ, ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦੇ ਰਿਸ਼ਤੇਦਾਰ, ਜੈਕਾਰੇ ਗੂੰਜ ਰਹੇ ਨੇ ਬੋਲੇ ਸੋ ਨਿਹਾਲ ਦੇ, ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਪੌੜੀਆਂ ਤੋਂ ਥੱਲੇ ਉਤਰ ਰਹੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਆਨੰਦ ਕਾਰਜ ਹੋ ਕੇ ਹਟੇ। ਸੋ ਜੈਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ, ਭਾਈ ਜਗਤਾਰ ਸਿੰਘ ਤਾਰਾ 2 ਘੰਟੇ ਦੀ ਉਹਨਾਂ ਨੂੰ ਪੈਰੋਲ ਮਿਲੀ ਹੋਈ ਹੈ ਜਿਹਦੇ ਤਹਿਤ ਅੱਜ ਉਹ ਚੰਡੀਗੜ੍ਹ ਦੀ ਬੜੈਲ ਜੇਲ੍ਹ 'ਚੋਂ ਬਾਹਰ ਆਏ ਹੋਏ ਨੇ। ਇੱਥੇ ਗੱਲ ਚੱਲਦੀ ਸੀਗੀ ਕਿ ਉਹ 2 ਮਿੰਟ ਸੰਗਤ ਦੇ ਰੂਬਰੂ ਹੋ ਸਕਣ, ਪਰ ਪ੍ਰਸ਼ਾਸਨ ਦਾ ਕਹਿਣਾ ਹੈਗਾ ਕਿ ਨਹੀਂ, ਉਹ ਸੰਗਤ ਦੇ ਰੂਬਰੂ ਨਹੀਂ ਹੋ ਸਕਣਗੇ। ਸੋ ਮੈਨੂੰ ਲੱਗਦਾ ਕਿ ਮੀਡੀਆ ਦੇ ਨਾਲ ਵੀ ਗੱਲਬਾਤ ਜੇ ਹੋ ਸਕੀ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਥੋੜ੍ਹੀ ਬਹੁਤ।
जिंदाबाद। पहरा देंगे ठोक के। भाई जगतार सिंह तारा जिन्होंने दो घंटे की पैरोल वास्ते उन्होंने भतीजी के आनंद कार्ज वास्ते लिया गया सगा वापस उन्होंने बुड़ैल जेल ले जाया जा रहा। बड़े भारी सुरक्षा प्रबंधा हेठ उन्होंने वापस चंडीगढ़ की बुड़ैल जेल में ले जाया जा रहा। बड़ी गिणती में सिख संगत इत्थे पहुंचिया हुई ने, उन्होंने परिवारक मैंबर उन्हों तो इलावा पूरी सिख कौम जिन्ने भी सज्जन इतने पहुंचे ने सिख संगत उन्होंने मन में एक चाओ है, एक खेड़ा है, एक उत्साह है कि असी एक झलक भाई जगतार सिंह तारा कौमी योधा भी उन्होंने असी एक झलक पा लीए, एक फोटो खिंचवा लीए। सो इन्ना ज़्यादा मैं एक एक अद्धा अद्धा मिनट सारे दिन तो गलबात जरूर करूँगा जिन्हें इतने हाजिरी भरने वास्ते आए हैं। भाई साहब जी कुछ कहना चाहते हो जी अज भाई तारा जी अज अपनी भतीजी के आनंद कार्ज के शमूलीयत वास्ते दो घंटे की परोल कुछ कहना चाहते हो? सज्जन साहब गल यह है कि ये जिहड़े भी अज इत्थे संगत रूप च आए ने, चाहे वह बराती रूप च आए ने, चाहे कुड़ी वाले पासों आए ने, चाहे सज्जन मित्र रूप दे विच आए ने, वह भी धन भाग दे ने जिन्हां ने चलदे सिखां दे संघर्ष दे विच अपने हीरो नूं विसारिया नहीं। हुकूमतां ने कोई कसर बाकी नहीं छड्डी कि इन्हां सिंघां दे आउण तों बाद एक भी बंदा इत्थे ना आवे, इह जिहा माहौल बनाउण दी कोशिश कीती हुकूमत ने। पर अज आ हुण दो मिनट पहलां गए ने भाई साहब, आप जी ने भी देखिया, असीं सारिआं ने देखिया कि जिहड़ा उत्साह अज तीजी पीढ़ी दे विच हैगा, मैं अपने अखां नाल तीन पीढ़ियां देखियां ने, इह तीजी पीढ़ी भी हुण जवान हो गई जिन्हें अपने हीरो पछाण ले। सो ये गुरु की कृपा है, यही कला वरत रही है। जिहड़ा कदे दीप सिद्धू भी कहिंदा सी साडा भरा छोटा, तो जिहड़ा साडे पातशाह ने भी सानू समझाया, इहदा मतलब की है कि पातशाही दावा जिहड़ा है उहदियां जड़ां बहुत मजबूत ने, तो वह बहुत जल्दी फुटारे दे रूप दे विच इस जहान दे विच खालिस्तान दे रूप च आऊगा। ये अज मैं इत्थों सुनेहा भी देना चाहुंदा, तो मेरियां अखां ने संत जरनैल सिंह जी देखा सी उदों भी यही प्रभाव सी, ते अज भी तारा साहब हुण हो के गए ने अपनी भतीजी दे विआह तों, अज भी उही हुलास, उही हिम्मत, उही संघर्ष है। मैं यही बेनतियां करना चाहना, वाहिगुरू जी का खालसा, वाहिगुरू जी की फतेह। सो इन्हें भाई प्रोफेसर महेंद्रपाल सिंह जी श्रोमणी अकाली दल अमृतसर के आगू आपां उन्हां दे नाल गलबात कीती आ। मैं कोशिश करूँगा कि इत्थे सारे गुरु के लंगर अतुट वरताए जा रहे ने। मैं कोशिश करदा कि होर भी जिहड़े सज्जन इत्थे हाजरी भरन वास्ते आए हुए ने, वख वख जथेबंदियां दे आगू वध तों वध जाणदे ने, मैं तुहाडी गलबात करवाउंदा। सो इत्थे श्रोमणी अकाली दल अमृतसर दे आगू मैं तुहाडी उहनां नाल गलबात करवाई हैगी। श्रोमणी अकाली दल अमृतसर फतेह फतेह तों भाई जसकरन सिंह कान सिंह वाला उहनां दी जथेबंदी दे आगू वी इत्थे हाजरी भरन वास्ते आए हुए ने। भाई साहब जी कुछ कहना चाहुंदे हो? मैं जहेदार फौजा सिंह धनौरी कौमी मीत प्रधान पंजाब प्रधान जी वल्लों इत्थे मुगल माजरे की ड्यूटी लगी सी, भाई जगतार सिंह तारा साढ़े कौम दे हीरे उन्हां दी भतीजी दे अज शुभ आनंद कार्ज सीगा, ब्याह सीगा,
ਅਸੀਂ ਬੱਚੀ ਨੂੰ ਗੁਰਪ੍ਰੀਤ ਕੌਰ ਨੂੰ ਆਪਣਾ ਆਸ਼ੀਰਵਾਦ ਦੇਣ ਆਏ ਸੀਗੇ, ਆਪਣੇ ਕੌਮ ਦੇ ਹੀਰੇ ਦਾ ਸਨਮਾਨ ਕਰਨ ਆਏ ਸੀਗੇ ਜੀ। ਪਰ ਸਰਕਾਰਾਂ ਸਾਡੇ ਕੋਲ ਸ਼ੁਰੂ ਤੋਂ ਹੀ ਧੱਕਾ ਕਰਦੀਆਂ, ਸਾਡੇ ਜਿਹੜੇ ਕੌਮ ਦੇ ਹੀਰੇ ਹੈ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ, 30-30 ਸਾਲ ਹੋ ਗਏ, ਜਿਹੜੀ 14 ਸਾਲ ਦੀ ਜੇਲ੍ਹ ਹੁੰਦੀ ਹੈ ਜੀ। ਸਾਡੇ ਕੋਲ ਸਰਕਾਰਾਂ ਸ਼ੁਰੂ ਤੋਂ ਹੀ ਵਿਤਕਰੇਬਾਜ਼ੀ ਕਰਦੀਆਂ ਹੁੰਦੀਆਂ। ਜਿਹੜੇ ਬੀਬੀ ਵਿਲਕਸ ਦੇ ਮਨੋਂ ਦੇ ਬਲਗਤਕਾਰੀ ਹੈ ਜੀ, ਉਹ 15-15 ਉਹ ਰਿਹਾ ਕਰ ਦਿੱਤੇ ਜਾਂਦੇ ਹੈ। ਜਿਹੜੇ ਸਾਡੇ ਸਿੰਘ ਹੈ ਉਹਨਾਂ ਦੀ ਕੋਈ ਰਿਹਾਈ ਨਹੀਂ, ਕੋਈ ਪੈਰੋ ਰੋਲ ਨਹੀਂ। ਸਰਸੇ ਸਾਧ ਵਾਲੇ ਵਰਗੇ ਵਰਗੇ ਕਈ ਗੱਲਾਂ ਪੈਰੋ ਰੋਲ 'ਤੇ ਆ ਚੁੱਕੇ ਜੀ, ਸਾਡੇ ਸਿੰਘਾਂ ਨੂੰ ਕੋਈ ਪੈਰੋ ਰੋਲ ਨਹੀਂ। ਜੇ ਕੋਈ ਨੂੰ ਮਿਲਦੀ ਵੀ ਉਹ ਬੜਾ ਸੰਘਰਸ਼ ਕਰਨਾ ਪੈਂਦਾ, ਬਹੁਤ ਖੱਜਲ ਖੁਆਰ ਹੋਣਾ ਪੈਂਦਾ ਤਾਂ ਕਿਤੇ ਪੈਰੋ ਰੋਲ ਮਿਲਦੀ ਹੈ ਜੀ। ਅਸੀਂ ਤਾਂ ਮੰਗ ਕਰਦੇ ਹਾਂ ਵੀ ਸਾਨੂੰ ਨਿਆਂ ਦਿੱਤਾ ਜਾਵੇ, ਸਾਡੇ ਗੱਲ ਕਦੇ ਵਿਤਕਰਾ ਨਾ ਕੀਤਾ ਜਾਵੇ। ਸਾਡੇ ਵਾਸਤੇ ਕਾਨੂੰਨ ਹੋਰ ਹੈ, ਹੋਰਾਂ ਵਾਸਤੇ ਕਾਨੂੰਨ ਹੋਰ ਹੈ, ਜਿਹੜੀ ਸਾਡੀ ਕੌਮ ਹੈ ਸਾਡੇ ਵਾਸਤੇ ਕਾਨੂੰਨ ਅਲੱਗ ਹੈ ਜੀ। ਪਰ ਮੈਨੂੰ ਲੱਗਦਾ ਕਿ ਤੁਹਾਡੇ ਵਾਸਤੇ ਕਾਨੂੰਨ ਅਲੱਗ ਤਾਂ ਆ, ਉਹਨਾਂ ਵਾਸਤੇ ਅਲੱਗ ਤਾਂ ਆ ਕਿਉਂਕਿ ਤੁਹਾਡਾ ਸੰਘਰਸ਼ ਵੀ ਤਾਂ ਅਲੱਗ ਆ ਨਾ ਜੀ ਉਹਨਾਂ ਤੋਂ। ਸਾਡਾ ਸੰਘਰਸ਼ ਉਹਨਾਂ ਦਾ ਸੰਘਰਸ਼ ਤਾਂ ਹੈਗਾ ਕਿ ਆਪਣੀਆਂ ਸਾਧਵੀਆਂ ਰੱਖੋ, ਉਹਨਾਂ ਦੇ ਨਾਲ ਜਬਰ ਜਨਾਹ ਫਿਰ ਮਰਡਰ ਕਰੋ, ਤੁਹਾਡਾ ਜਿਹੜਾ ਸੰਘਰਸ਼ ਹੈਗਾ ਮੈਨੂੰ ਲੱਗਦਾ ਕਿ ਉਹ ਇੱਕ ਅਲੱਗ ਆਪਦੀ ਉਸ ਧਰਤੀ ਵਾਸਤੇ ਜਿੱਥੇ ਕਦੀ ਰਾਜ ਹੁੰਦਾ ਸੀ ਤੁਹਾਡਾ ਨਾ ਜੀ। ਮੈਨੂੰ ਲੱਗਦਾ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਉਹਦੇ ਨਾਲ ਤਾਂ ਕੰਪੈਰੀਜ਼ਨ ਕਰਨਾ ਹੀ ਨਹੀਂ ਚਾਹੀਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ। ਸਾਨੂੰ ਤਾਂ ਗੁਰੂਆਂ ਦੀ ਗੁਰਤੀ ਉਹ ਇਹੀ ਜੀ ਆ, ਅਸੀਂ ਜ਼ੁਲਮ ਦੇ ਖਿਲਾਫ ਲੜਨਾ, ਆਪਣੇ ਹੱਕਾਂ ਵਾਸਤੇ ਲੜਨਾ, ਸਾਨੂੰ ਸਾਡੇ ਗੁਰੂ ਸਾਹਿਬ ਗੁਰਤੀ ਉਹ ਇੱਦਾਂ ਦੀ ਦੇ ਕੇ ਗਏ ਆ ਜੀ, ਵੀ ਸੰਘਰਸ਼ ਕਰੋ, ਹੱਕਾਂ ਵਾਸਤੇ ਲੜੋ, ਵੀ ਆਪਣੇ ਧਰਮ ਵਾਸਤੇ ਲੜੋ ਜੀ, ਵੀ ਅਸੀਂ ਕਿਵੇਂ ਉਹਨਾਂ ਦੇ ਬਰਾਬਰ ਰਲ ਜਾਵਾਂਗੇ ਜੀ। ਪਰ ਅਸੀਂ ਤਾਂ ਹਰੇਕ ਦੀ ਧੀ ਭੈਣ ਦੀ ਆਪਣਾ ਰੱਖਿਆ ਕਰਦੇ ਹਾਂ, ਉਹ ਇਹੋ ਜਿਹੜੇ ਬਲਾਤਕਾਰੀ ਆ ਉਹ ਛੁੱਟ ਜਾਂਦੇ ਆ, ਅਸੀਂ ਤਾਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ, ਕੋਈ ਕਿਸੇ ਗੱਲ ਮਾੜਾ ਨਹੀਂ ਕਰਦੇ, ਫਿਰ ਵੀ ਸਾਡੇ ਘਰ ਨਿਆਂ ਨਹੀਂ ਹੈਗਾ ਜੀ। ਅਸੀਂ ਬਹੁਤ ਸਾਡੇ ਹੀਰਿਆਂ ਦੀ ਅਸੀਂ ਸਤਿਕਾਰ ਯੋਗਦਾਨ ਦਾ ਬਹੁਤ ਉਹ ਕਰਦੇ ਹਾਂ, ਅਸੀਂ ਕਹਿੰਦੇ ਵੀ ਜਲਦ ਤੋਂ ਜਲਦ ਸਾਡੇ ਸਿੰਘ ਰਿਹਾ ਹੋਣੇ ਚਾਹੀਦੇ ਆ। ਬਾਕੀ ਹੁਣ ਸਾਡੇ ਲਖਵੀਰ ਸਿੰਘ ਛੋਟੀ ਆ ਪੰਜਾਬ ਦੇ ਜਨਰਲ ਸਕੱਤਰ ਆ, ਇਹ ਕਰਨਗੇ ਗੱਲਬਾਤ ਜ਼ਰੂਰ। ਭਾਈ ਸਾਹਿਬ ਜੀ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅੱਜ ਸਾਡੀ ਧੀ ਜਿਹੜੀ ਬੀਬੀ ਗੁਰਪ੍ਰੀਤ ਕੌਰ ਜੀ ਦਾ ਸ਼ੁਭ ਆਨੰਦ ਕਾਰਜ ਸੀ ਅਤੇ ਹੋਇਆ, ਜਿਹੜਾ ਕਿ ਭਾਈ ਸਾਹਿਬ ਭਾਈ ਜਗਤਾਰ ਸਿੰਘ ਤਾਰਾ ਜੀ ਦੇ ਭਤੀਜੀ ਨੇ, ਪੂਰੀ ਸਮੁੱਚੀ ਕੌਮ ਦੀ ਧੀ ਹੈ, ਉਹ ਅੱਜ ਭਾਈ ਸਾਹਿਬ ਜੀ ਨੂੰ ਸਿਰਫ 2 ਘੰਟੇ ਦੀ ਪਰੋਲ ਮਿਲੀ ਆ, ਪੂਰੀ ਜੱਦੋ ਜਹਿਦ ਕਰਨ ਦੇ ਮੁਤਾਬਕ ਮਿਲੀ ਆ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਪਿਤਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ 52 ਜਿਹੜੇ ਹਿੰਦੂ ਤਵੀ ਪਹਾੜੀ ਰਾਜੇ ਸੀ ਜੀ, ਉਹਨਾਂ ਨੂੰ ਬੜੀ ਅੱਤ ਦਾ ਜ਼ੁਲਮ ਹੋ ਰਿਹਾ ਸੀ, ਉਹਨਾਂ 'ਤੇ ਨਰਕਾਂ ਭਰੀ ਜ਼ਿੰਦਗੀ ਬਤੀਤ ਕਰਦੇ ਸੀ ਉਹ ਜੇਲ੍ਹ 'ਚ ਜੀ ਜੀ। ਪਰ ਸਾਡੇ ਗੁਰੂ ਪਿਤਾ ਨੇ ਉਹਨਾਂ ਨੂੰ ਰਿਹਾ ਕਰਵਾਇਆ ਜੀ। ਪਰ ਅੱਜ ਕੀ ਹੋ ਰਿਹਾ, ਉਹਨਾਂ ਦੀ ਉਹ ਔਲਾਦ ਸਾਡੇ 'ਤੇ ਜ਼ੁਲਮ ਕਰ ਰਹੀ ਆ, ਸਾਡੇ ਚੱਕ ਕੇ ਸਿੰਘਾਂ ਨੂੰ ਅੰਦਰ ਕਰ ਰਹੀ ਆ। ਸਿੰਘ ਜਿਹੜੇ ਨੇ ਹੁਣ ਸਾਡੇ ਨਾਲ ਇੱਥੇ ਦੋਹਰਾ ਕਾਨੂੰਨ ਇਹ ਆ, ਇੱਕ ਪਾਸੇ ਤਾਂ ਜੇ ਆਪਾਂ ਕਹਿੰਦੇ ਹਾਂ ਕਿ ਸ਼੍ਰੀ ਰਾਮ ਚੰਦਰ ਜੀ ਨੇ ਜਿਹੜਾ ਰਾਵਣ ਦਾ ਵੱਤ ਕੀਤਾ ਜੀ, ਰਾਵਣ ਨੂੰ ਮਾਰਿਆ, ਉਹਨੇ ਵੀ ਜ਼ੁਲਮ ਕੀਤਾ, ਪਾਪ ਕੀਤਾ ਜੀ, ਤਾਂ ਮਾਰਿਆ ਗਿਆ ਜੀ। ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਦਾ ਜਿਹੜਾ ਖਾਤਮਾ ਕੀਤਾ, ਭਾਵੇਂ ਉਹਨਾਂ ਦਾ ਮਾਮਾ ਹੀ ਸੀ ਜੀ, ਉਹਨੇ ਵੀ ਮਾੜਾ ਕੰਮ ਕੀਤਾ, ਜ਼ੁਲਮ ਕੀਤਾ, ਤਾਂ ਮਾਰਿਆ। ਉਹਨਾਂ ਦੀ ਪੂਜਾ ਹੋ ਰਹੀ ਆ ਜੀ। ਜੇ ਸਾਡੇ ਅੱਜ ਬੰਦੀ ਸਿੰਘ ਜਿਹੜੇ ਅੰਦਰ ਗਏ ਹੋਏ ਨੇ ਜੀ, ਇਹ ਵੀ ਕਾਮਨ ਸ਼ਾਂਤੀ ਨੂੰ ਕਰਨ ਦੇ ਲਈ ਗਏ ਸੀ ਜੀ। ਜਦੋਂ ਉਰੇ ਦਾ ਮੁੱਖ ਮੰਤਰੀ ਬੇਅੰਤਾ ਬੁੱਚੜ ਜੀ, ਜਿਹਨੇ ਪੂਰਾ ਜ਼ਬਰ ਜ਼ੁਲਮ ਕੀਤਾ ਹੋਇਆ ਸੀ ਜੀ, ਸਾਡੀਆਂ ਛੋਟੀਆਂ ਛੋਟੀਆਂ ਧੀਆਂ ਭੈਣਾਂ ਦੇ ਨਾਲ ਜ਼ਬਰ ਜਨਾਹ ਹੋ ਰਹੇ ਸੀ ਜੀ, ਸਾਡੀ ਨੌਜਵਾਨੀ ਦਾ ਜਿਹੜਾ ਜਗ੍ਹਾ ਜਗ੍ਹਾ 'ਤੇ ਖੂਨ ਦੀ ਹੋਲੀ ਖੇਡੀ ਜਾ ਰਹੇ ਸੀ ਜੀ, ਫਿਰ ਇੱਕ ਜਿਹੜਾ ਸਿੱਖੀ ਰਵਾਇਤਾਂ ਦੇ ਮੁਤਾਬਕ ਜਿਹੜਾ ਆਪਾਂ ਕਹਿੰਦੇ ਹਾਂ ਗੁਰਬਾਣੀ 'ਚ ਵੀ ਬਚਨ ਉਹਨਾਂ ਨੇ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਜੀ, ਉਹਦੇ ਪਾਪਾਂ ਦਾ ਅੰਤ ਕਰਨ ਦੇ ਲਈ ਜੀ, ਜੇ ਸਾਡੇ ਸਿੰਘਾਂ ਨੇ ਉਸ ਦਾ ਖਾਤਮਾ ਕੀਤਾ ਤਾਂ ਸਾਨੂੰ ਅੱਤਵਾਦੀ ਅਤੇ ਵੱਖਵਾਦੀ ਕਿਹਾ ਜਾਂਦਾ, ਫਿਰਕਾ ਪ੍ਰਸਤੀ ਕਿਹਾ ਜਾਂਦਾ, ਇਹ ਦੋਹਰਾ ਕਾਨੂੰਨ ਆ। ਇੱਕ ਪਾਸੇ ਪਾਪ ਦਾ ਅੰਤ ਕਰਨ ਵਾਲਿਆਂ ਦੀ ਪੂਜਾ ਹੋ ਰਹੀ ਆ ਅਤੇ ਦੂਜੇ ਪਾਸੇ ਪਾਪ ਦਾ ਹੀ ਅੰਤ ਕਰਨ ਵਾਲਿਆਂ ਦੇ ਉੱਪਰ ਸ਼ਿਕੰਜੇ ਕਸੇ ਜਾ ਰਹੇ ਨੇ। ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਹੈਗੀ ਆ ਉਦੋਂ ਠੀਕ ਹੋ ਜਾਊਗੀ ਜਦੋਂ ਹੁਣ ਉਹਨਾਂ ਦੇ ਰਾਜਵਾਤਾਂ ਪੂਜਾ ਹੋ ਰਹੀ ਹੈ, ਜਦੋਂ ਤੁਹਾਡੇ ਰਾਜ ਆ ਜਾਣਗੇ ਫਿਰ ਤੁਹਾਡੇ ਉਹ ਜਿਹਨਾਂ ਦੇ ਉਹ ਬਾਗੀ ਆ ਫਿਰ ਉਹ ਤੁਹਾਡੇ ਉਹ ਯੋਧੇ ਹੋਣਗੇ, ਵਾਕਈ ਮੈਨੂੰ ਲੱਗਦਾ ਕਿ ਤੁਹਾਡੇ ਉਸ ਵੇਲੇ ਫਿਰ ਉਹ ਆਗੂ ਹੋਣਗੇ। ਭਾਈ ਸਾਹਿਬ ਜੀ ਜੀ, ਗੁਲਾਮ ਆਪਾਂ ਗੁਲਾਮ ਆ ਜੀ, ਗੁਲਾਮੀਅਤ ਦੀ ਇਹ ਨਿਸ਼ਾਨੀ ਆ ਜੀ, ਕਿਉਂਕਿ ਐਡੀ ਪਹਿਰੇ ਦੇ ਅੰਦਰ ਸਾਡੇ ਯੋਧੇ ਨੂੰ ਲਿਆਂਦਾ ਗਿਆ, ਸਿਰਫ 2 ਘੰਟੇ ਲਈ ਲਿਆਂਦਾ ਗਿਆ ਜੀ। ਚਾਹੀਦਾ ਤਾਂ ਇਹ ਸੀ
ਕਿ ਉਹ ਪੂਰਾ ਦਿਨ ਆਪਣੇ ਪਰਿਵਾਰ ਨਾਲ ਬਤੀਤ ਕਰਦੇ ਤੇ ਅਮਨ ਸ਼ਾਂਤੀ ਨਾਲ ਪੂਰਾ ਜਾਂਦੇ, ਕਿਉਂਕਿ ਉਹਦੇ ਕੋਈ ਸਿੱਖ ਕਦੇ ਹੁੱਲੜਬਾਜੀ ਨਹੀਂ ਕਰਦਾ, ਕਦੇ ਵੀ ਕੋਈ ਖਰਾਬਾ ਨਹੀਂ ਕਰਦਾ। ਸਾਰੇ ਅਸੀਂ ਉਸ ਅਕਾਲ ਪੁਰਖ ਦੇ ਜਿਹੜਾ ਕੁਦਰਤ ਦਾ ਕਾਨੂੰਨ ਬਣਾਇਆ ਉਹਦੇ ਦਾਇਰੇ ਵਿੱਚ ਰਹਿ ਕੇ ਚੱਲਦੇ ਹਾਂ। ਸਾਡੇ ਨਾਲ ਇਹੀ ਵਿਤਕਰਾ, ਕਿਉਂਕਿ ਅਸੀਂ ਗੁਲਾਮ ਹਾਂ। ਜਦੋਂ ਤੁਹਾਡਾ ਆਪਣਾ ਖਾਲਸਾ ਰਾਜ ਆ ਜਾਊਗਾ, ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਚੱਲਦਾ ਹੁੰਦਾ। ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਹੋਰ ਵੀ ਵੱਖ ਵੱਖ ਜਥੇਬੰਦੀਆਂ ਦੇ ਆਗੂ ਆਏ ਹੋਏ ਨੇ, ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੀ ਸਾਰਿਆਂ ਦੇ ਨਾਲ ਗੱਲ ਕਰਵਾ ਸਕਾਂ। ਇੱਧਰੋਂ ਦੇਖ ਲਓ ਜੀ, ਜਿੱਥੋਂ ਕੋਈ ਵੀਡੀਓ ਜਰਾ ਕੁ ਵਧੀਆ ਆ ਜਾਵੇ ਜੀ, ਸਾਡੇ ਚਿਹਰੇ ਮੂਹਰੇ ਜਰਾ ਕਿ ਇੱਧਰ ਵੇਨ ਨੂੰ ਆ ਜਾਂਦੇ ਹਾਂ ਜੀ। ਬਲਵਿੰਦਰ ਸਿੰਘ ਜੀ ਤਲਵਾੜਾ ਜੀ, ਇਹ ਵੀ ਇੱਥੇ ਹਾਜ਼ਰੀ ਭਰਨ ਵਾਸਤੇ ਅੱਜ ਆਏ ਹੋਏ ਨੇ। ਭਾਈ ਸਾਹਿਬ ਜੀ ਕੁਛ ਕਹਿਣਾ ਚਾਹੁੰਦੇ ਹੋ ਜੀ? ਭਾਈ ਜਗਤਾਰ ਸਿੰਘ ਤਾਰਾ ਕੌਮੀ ਯੋਧੇ ਅੱਜ ਇੱਥੇ ਆਨੰਦ ਕਾਰਜ 'ਚ ਹਾਜ਼ਰੀ ਭਰਨ ਵਾਸਤੇ ਆਏ। ਹਾਂਜੀ, ਬਹੁਤ ਖੁਸ਼ੀ ਹੋਈ ਮਨ ਨੂੰ ਜੀ, ਅਤੇ ਇੱਕ ਉਰੇ ਦੇਖਣ ਨੂੰ ਮਿਲਿਆ ਕਿ ਜਿੰਨੇ ਸਿੰਘ ਸਿੰਘਣੀਆਂ ਭਾਈ ਜਗਤਾਰ ਸਿੰਘ ਨੂੰ ਮਿਲੇ ਨੇ, ਸਾਰਿਆਂ ਦਾ ਮਨ ਭਰਿਆ ਆ ਜੀ। ਸਾਰਿਆਂ ਦੇ ਅੱਖਾਂ 'ਚ ਹਿੰਝੂ ਸੀਗੇ। ਇੱਥੋਂ ਆਪਾਂ ਅੰਦਾਜ਼ਾ ਲਾ ਕੇ ਦੇਖੋ ਕਿ ਕਿੰਨਾ ਪੰਥਣਾ ਯੋਧਿਆਂ ਨੂੰ ਪਿਆਰ ਕਰਦਾ ਹੈ ਨਾ। ਬਹੁਤ ਵਧੀਆ ਗੱਲ ਹੈ। ਅਤੇ ਅੱਜ ਉਹ ਆਪਣੀ ਭਤੀਜੀ ਦਾ ਉਹਨਾਂ ਦੀ ਦਾ ਆਨੰਦ ਕਾਰਜ ਸੀਗਾ। ਕੋਰਟ 'ਚੋਂ ਉਹਨਾਂ ਨੂੰ 3 ਘੰਟੇ ਵਾਸਤੇ ਮਿਲੀ ਸੀਗੀ ਬੇਲ, ਉਹ ਆਏ, ਖੁਸ਼ ਹੋਇਆ ਮਨ ਜੀ ਬਹੁਤ ਮਿਲ ਕੇ। ਪਰ ਇਹ ਆ ਵੀ ਉਰੇ ਸੰਗਤਾਂ ਨੇ ਜਿਵੇਂ ਹੰਝੂਆਂ ਸਿੱਟੇ ਸੰਗਤ ਨੇ, ਉਹ ਵੀ ਵਾ ਕਮਾਲ ਸੀਗਾ ਕਿ ਕਿੰਨੀ ਪਿਆਰ ਸੰਗਤ ਉਹਨਾਂ ਨੂੰ ਕਰਦੀ ਆ ਜੀ। ਵਾਕਈ ਬਹੁਤ ਜ਼ਿਆਦਾ ਇੱਕ ਪਿਆਰ ਹੈਗਾ। ਵਾਕਈ ਮੈਂ ਤੁਹਾਨੂੰ ਦਿਖਾਇਆ ਵੀ ਹੈਗਾ, ਔਰ ਮੈਂ ਪੱਤਰਕਾਰੀ ਕਰ ਰਿਹਾ ਜੀ ਅਸੀਂ, ਪਰ ਚਲੋ ਲਫ਼ਜ਼ ਨਹੀਂ ਹੁੰਦੇ ਕਈ ਵਾਰ ਤੁਹਾਡੇ ਕੋਲ ਕਹਿਣ ਵਾਸਤੇ। ਵਾਕਈ ਮਨ ਜ਼ਰੂਰ ਭਾਵੁਕ ਹੁੰਦਾ ਹੈਗਾ। ਮੈਂ ਜਿੱਦਾਂ ਪਹਿਲਾਂ ਵੀ ਆ ਕੇ ਹਟਿਆ ਹੈਗਾ, ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ 11 ਵਰ੍ਹਿਆਂ ਬਾਅਦ ਜਦੋਂ ਚੰਡੀਗੜ੍ਹ ਦੀ ਅੱਤ ਸੁਰੱਖਿਅਤ ਬੜੈਲ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਿਆ ਸੀਗਾ ਆਪਣੇ ਸਾਥੀਆਂ ਸਮੇਤ, ਤਾਂ 11 ਵਰ੍ਹਿਆਂ ਬਾਅਦ ਮੁੜ ਉਸੇ ਹੀ ਜੇਲ੍ਹ ਦੇ ਅੰਦਰ ਫਿਰ ਜਦੋਂ ਉਹਨਾਂ ਨੂੰ ਬੰਦ ਕੀਤਾ ਜਾਂਦਾ, ਅਤੇ ਅੱਜ ਤੁਸੀਂ ਭਾਈ ਜਗਤਾਰ ਸਿੰਘ ਤਾਰੇ ਹੋਰਾਂ ਦਾ ਚਿਹਰਾ ਮੋਹਰਾ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਕੋਈ ਸ਼ਿਕਨ ਹੈ, ਕੋਈ ਗਿਲਾ ਹੈ, ਕੋਈ ਸ਼ਿਕਵਾ ਹੈ ਆਪਣੇ ਸੰਘਰਸ਼ ਦੇ ਪ੍ਰਤੀ। ਉਹ ਅੱਜ ਵੀ ਦ੍ਰਿੜ ਨੇ। ਜਿਹੜੀ ਕੋਰਟ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਮਰਡਰ ਕੇਸ ਦੇ ਵਿੱਚ, ਉਹ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਸਟਿਆ ਹੈਗਾ। ਭਾਈ ਸਾਹਿਬ ਜੀ, ਭਾਈ ਮੈਂ ਤਾਰੇ ਹੋਰਾਂ ਦੇ ਚਿਹਰੇ ਦਾ ਹਾਵ ਭਾਵ, ਉਹਨਾਂ ਦਾ ਜਨੂਨ, ਮੈਂ ਆਪਣੇ ਤੁਹਾਡੇ ਅੰਦਰ ਵੀ ਕੁਛ ਚੱਲਦਾ ਹੋਊਂਗਾ ਜ਼ਰੂਰ। ਹਾਂਜੀ, ਜਦੋਂ ਹਥਿਆਰਬੰਦ ਸੰਘਰਸ਼ ਲੜ ਰਹੇ ਸੀਗੇ ਜੀ, ਉਸ ਵੇਲੇ ਵੀ ਇਹੀ ਨੂਰ ਸੀਗਾ, ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਸੀ ਜੀ। ਉਸ ਤੋਂ ਬਾਅਦ ਫੜੇ ਗਏ ਹੈ ਨਾ, ਉਸ ਵੇਲੇ ਜਦੋਂ ਬੜੈਲ 'ਚ ਮਿਲਦੇ ਹੁੰਦੇ ਸੀਗੇ ਸੰਗਤ ਨੂੰ, ਜਿਹੜੇ ਜਾਂਦੇ ਸੀ, ਜਦ ਕਾਫੀ ਮਿਲਣ ਦੇ ਦਿੰਦੇ ਸੀ, ਉਸ ਵੇਲੇ ਵੀ ਇਸੇ ਤਰ੍ਹਾਂ ਚਿਹਰੇ ਤੇ ਨੂਰ ਸੀਗਾ। ਤੁਸੀਂ ਮਿਲਦੇ ਰਹੇ ਉੱਥੇ, ਤੁਹਾਡੀ ਮੁਲਾਕਾਤ ਹੁੰਦੀ ਰਹੀ? ਚਲੋ ਕਾਨੂੰ ਜੀ, ਹੁਣ ਆਪਾਂ ਸਾਰੀਆਂ ਗੱਲਾਂ ਨਹੀਂ ਕਰ ਸਕਦੇ, ਤੇ ਉਸ ਵੇਲੇ ਵੀ ਚੜ੍ਹਦੀ ਕਲਾ ਸੀ, ਔਰ ਜਦੋਂ ਫਰਾਰ ਹੋਏ ਉਸ ਵੇਲੇ ਵੀ ਚੜ੍ਹਦੀ ਕਲਾ, ਫਿਰ ਜਦੋਂ ਪੰਜਾਬ 'ਚੋਂ ਬਾਹਰ ਗਏ ਉੱਧਰ ਵੀ ਚੜ੍ਹਦੀ ਕਲਾ, ਤੇ ਅੱਜ ਤੁਸੀਂ ਫਿਰ ਦੇਖ ਲਓ ਫਿਰ ਚੜ੍ਹਦੀ ਕਲਾ 'ਚ ਨੇ ਹੈ ਨਾ। ਔਰ ਆਪਣੇ ਟੀਚੇ ਤੋਂ ਨਹੀਂ ਕੋਈ ਹਿਲਾ ਸਕਿਆ, ਨਾ ਇੰਡੀਅਨ ਸਟੇਟ, ਨਾ ਤਸ਼ੱਦਦ, ਨਾ ਇੰਡੀਅਨ ਸਟੇਟ ਦੀਆਂ ਜੇਲ੍ਹਾਂ। ਜਿਹੜਾ ਟੀਚਾ ਮਿਥਿਆ ਹੋਇਆ ਪੰਥ ਨੇ ਉਹਦੇ ਤੋਂ ਇਹਨਾਂ ਨੂੰ ਟੱਸ ਤੋਂ ਮਸ ਨਹੀਂ ਕਰ ਸਕੇ। ਅਤੇ ਬਹੁਤ ਚੜ੍ਹਦੀ ਕਲਾ ਗੁਰੂ ਦੇ ਸਿੱਖ ਨੇ ਜੀ, ਦਸਮ ਪਾਤਸ਼ਾਹ ਦੇ ਪੁੱਤਰ ਨੇ, ਦਸਮ ਪਾਤਸ਼ਾਹ ਦਾ ਹੱਥ ਹੈ ਉੱਤੇ, ਔਰ ਸਾਰਾ ਪੰਥ, ਸਾਰਾ ਪੰਜਾਬ, ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਨਾਲ, ਭਾਈ ਜਗਤਾਰ ਸਿੰਘ ਤਾਰੇ ਉਹਨਾਂ ਨਾਲ, ਸਾਡੇ ਸਾਰੇ ਬੰਦੀ ਸਿੰਘਾਂ ਦੇ ਨਾਲ ਹੈ ਜੀ। ਜੀ ਜ਼ਰੂਰ ਜ਼ਰੂਰ। ਸੋ ਅਖੀਰ ਦੇ ਵਿੱਚ ਇੱਕ ਸਵਾਲ ਛੱਡ ਕੇ ਜਾਊਂਗਾ ਜੀ ਸਾਰਿਆਂ ਦੇ ਸਾਹਮਣੇ, ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਇੱਥੇ ਆਪਾਂ ਸਮਾਪਤੀ ਕਰ ਦੇਣੀ ਆ। ਜਿਹੜੇ ਸਿੱਖ ਨੇ, ਜਿਹੜੇ ਖਾਲਿਸਤਾਨ ਨੂੰ ਪਿਆਰ ਕਰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਇਸ ਧਰਤੀ ਦੇ ਉੱਪਰ ਮੁੜ ਉਹੀ ਰਾਜ ਵੇਖਣਾ ਚਾਹੁੰਦੇ ਜਿਹੜਾ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ ਕਰਦਾ ਸੀਗਾ, ਉਹ ਵੀ, ਔਰ ਉਹਨਾਂ ਤੋਂ ਇਲਾਵਾ ਉਹ ਲੋਕ ਵੀ ਜਿਹੜੇ ਖਾਲਸਾ ਰਾਜ ਦਾ ਵਿਰੋਧ ਕਰਦੇ ਆ, ਉਹ ਲੋਕ ਵੀ ਜਿਹੜੇ ਗੈਰ ਸਿੱਖ ਨੇ, ਜਿਹੜੇ ਕਹਿੰਦੇ ਨੇ ਕਿ ਨਹੀਂ ਇਹ ਅੱਤਵਾਦੀ ਨੇ, ਮੈਂ ਉਹਨਾਂ ਨੂੰ ਵੀ ਇੱਕ ਸਵਾਲ ਕਰਨਾ ਚਾਹੁੰਦਾ ਹੈਗਾ। ਉਹ ਸਵਾਲ ਇਹ ਆ ਕਿ ਜਦੋਂ ਤੁਸੀਂ ਸਾਡੇ ਵਰਗੇ ਹੁੰਦੇ ਨੇ ਮੀਡੀਆ ਵਾਲੇ, ਸਾਡੇ ਵਰਗੇ ਹੀ ਹੁੰਦੇ ਨੇ ਮੀਡੀਆ ਵਾਲੇ, ਸਟੂਡੀਓ ਦੇ ਵਿੱਚ ਬੈਠ ਕੇ ਬੀਬੀਆਂ ਬੰਦੇ ਐਂਕਰ ਜਿਹੜੇ ਨੇ ਸੱਜੇ ਖੱਬੇ ਦੌੜ ਦੌੜ ਕੇ ਖਬਰਾਂ ਸੁਣਾਉਂਦੇ ਹੁੰਦੇ ਆ, ਆਤੰਕੀ ਜਗਤਾਰ ਸਿੰਘ, ਆਤੰਕੀ ਜਗਤਾਰ ਸਿੰਘ ਤਾਰਾ, ਆਤੰਕੀ ਅੱਤਵਾਦੀ, ਜੇ ਉਹ ਲਫ਼ਜ਼ ਬੋਲਣ ਦੇ ਹੁੰਦੇ ਆ। ਤਾਂ ਮੈਂ ਸਵਾਲ ਇਹ ਕਰਨਾ ਚਾਹੁੰਦਾ ਹੈਗਾ ਕਿ ਜੇ ਕਿਸੇ ਨੂੰ ਇਹ ਲੱਗਦਾ ਹੈਗਾ ਕਿ ਉਹਨਾਂ ਨੇ ਪ੍ਰਚਾਰਿਆ, ਅਸੀਂ ਮੰਨ ਲਿਆ, ਉਹਨਾਂ ਨੇ ਇੱਕ ਨੈਰੇਟਿਵ ਸੈੱਟ ਕੀਤਾ, ਅਸੀਂ ਆਪਣੇ ਦਿਮਾਗ ਦੇ ਵਿੱਚ ਉਹਨਾਂ ਦਾ ਨੈਰੇਟਿਵ ਜਿਹੜਾ ਸੈੱਟ ਕੀਤਾ ਆਪਣਾ ਉਹ ਅੰਦਰ ਵਾੜ ਲਿਆ, ਤਾਂ ਮੈਂ ਸਵਾਲ ਇਹ ਕਰਨਾ ਚਾਹੁੰਦਾ ਕਿ ਕੀ ਤੁਹਾਨੂੰ ਵੀ ਲੱਗਦਾ ਕਿ ਉਹ ਅੱਤਵਾਦੀ ਹੈ? ਸਵਾਲ ਇਹ ਹੈਗਾ ਜੀ, ਸਵਾਲ ਇਹ ਹੈਗਾ ਕਿ ਜਦੋਂ ਉਹ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਸੀਗੇ ਸਨ 2004 ਦੇ ਵਿੱਚ, ਭਾਈ ਹਵਾਰਾ 1 ਸਾਲ ਬਾਅਦ ਫੜੇ ਜਾਂਦੇ ਹੈ, ਮੈਨੂੰ ਲੱਗਦਾ ਕਿ ਜਦੋਂ ਉਹ ਪੁਲਿਸ ਦੀਆਂ ਅੱਖਾਂ ਤੋਂ ਲਾਂਭੇ ਸੀਗੇ, ਤਾਂ ਜੇ ਕਿਸੇ ਨੇ ਅੱਤਵਾਦ ਮਚਾਉਣਾ ਹੋਵੇ ਤਾਂ 1 ਘੰਟਾ ਹੀ ਬਹੁਤ ਹੁੰਦਾ ਹੈਗਾ, ਪਰ ਉਹ ਇੱਕ ਵਰ੍ਹਾ ਬੀਤਿਆ ਕੀ ਭਾਈ ਹਵਾਰੇ ਹੋਣਾਂ ਨੇ ਕਿੰਨੀਆਂ ਕੁ, ਦੱਸੋ ਜੀ ਮੈਨੂੰ, ਲੋਥਾਂ ਦੇ ਢੇਰ ਲਾਤੇ ਜੀ, ਭਲਾ ਕਿੰਨਾ ਕੁ ਆਤੰਕ ਫੈਲਾਇਆ ਸੀਗਾ? ਇਸ ਸਵਾਲ ਦਾ ਜਵਾਬ ਦੇ ਦਿਓ। ਭਾਈ ਪਰਮਜੀਤ ਸਿੰਘ ਭਿਓਰਾ 2 ਵਰ੍ਹਿਆਂ ਬਾਅਦ ਫੜੇ ਜਾਂਦੇ ਆ,
ਕਿੰਨਾ ਕਤਵਾਦ ਫੈਲਾਤਾ ਜੀ। ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ 11 ਸਾਲ ਬਾਅਦ ਸਨ 2015 ਦੇ ਵਿੱਚ ਥਾਈਲੈਂਡ ਦੀ ਧਰਤੀ ਤੋਂ ਅਰੈਸਟ ਹੁੰਦੇ ਆ ਅਤੇ ਮੁੜ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ, ਇਹਨਾਂ 11 ਵਰਿਆਂ ਦੇ ਵਿੱਚ ਤੁਸੀਂ ਦੱਸੋ ਜੀ ਭਾਈ ਜਗਤਾਰ ਸਿੰਘ ਤਾਰੇ ਹੋਰਾਂ ਨੇ ਕਿੰਨੇ ਕਿੰਨੇ ਹੱਥੇ 'ਤੇ ਬੇਕਸੂਰ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਲਾ ਲਾ ਕੇ ਰੱਖ ਦਿੱਤੇ ਜੀ। ਇਹ ਸਵਾਲ ਹੈਗਾ, ਆਪਣੇ ਦਿਮਾਗ ਦੇ ਵਿੱਚ ਸਵਾਲ ਘੁਮਾਇਆ ਕਰੋ। ਇਹ ਨਹੀਂ ਹੈਗਾ ਕਿ ਕਿਸੇ ਪੱਤਰਕਾਰ ਨੇ ਸਟੂਡੀਓ ਦੇ ਵਿੱਚ ਬੈਠ ਕੇ ਚੀਕ ਚੀਕ ਕੇ ਰੌਲਾ ਪਾ ਪਾ ਕੇ ਕਿਸੇ ਨੂੰ ਅੱਤਵਾਦੀ ਸਾਬਤ ਕਰ ਦਿੱਤਾ। ਇਹ ਸਵਾਲ ਹੈਗਾ, ਆਪਣੇ ਜ਼ਿਹਨ ਦੇ ਵਿੱਚ ਘੁਮਾ ਲਿਓ, ਫਿਰ ਤੁਹਾਨੂੰ ਪਤਾ ਲੱਗ ਜੂਗਾ। ਰਾਤ ਵੀ ਗੱਲ ਕੀਤੀ ਸੀਗੀ, ਇੱਕ ਹੋਰ ਗੱਲ ਤੁਹਾਡੇ ਨਾਲ ਕਰਕੇ ਮੈਂ, ਤਲਵਾੜਾ ਜੀ ਨੇ ਇੱਕ ਹੋਰ ਮਰਜ਼ੀ ਗੱਲ ਕਰਨੀ ਹੈ, ਮੈਂ ਉਹਨਾਂ ਵੱਲ ਆ ਜਾਣਾ। ਤੋ ਇੱਕ ਜਿਹੜੀ ਹੋਰ ਗੱਲ ਹੈਗੀ ਆ, ਮੈਂ ਉਹ ਇਹ ਕਰਨੀ ਚਾਹੁੰਦਾ ਹੈਗਾ ਕਿ ਜੇ ਕੋਈ ਕਹਿੰਦਾ ਹੈਗਾ ਕਿ ਭਾਈ ਜਗਤਾਰ ਸਿੰਘ ਤਾਰੇ ਹੋਰੀ ਅੱਤਵਾਦੀ ਨੇ, ਜਾਂ ਜੇ ਭਾਈ ਜਗਤਾਰ ਸਿੰਘ ਹਵਾਰੇ ਹੋਰੀ ਅੱਤਵਾਦੀ ਨੇ, ਜੇ ਉਹ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪ੍ਰਚਾਰਦੇ ਹੈਗੇ ਆ, ਤਾਂ ਜਦੋਂ ਤੁਸੀਂ ਸੱਥਾਂ ਵਿੱਚ ਬਹਿੰਦੇ ਹੋ, ਜਦੋਂ ਪਰਿਆਂ ਵਿੱਚ ਬਹਿੰਦੇ ਹੋ, ਜਦੋਂ ਵਿਆਹ ਸ਼ਾਦੀਆਂ ਵਿੱਚ ਬੈਠ ਕੇ ਇਕੱਠੇ ਲੰਗਰ ਪਾਣੀ ਛਕਣ ਬਹਿੰਦੇ ਹੋ, ਉਸ ਵੇਲੇ ਜਦੋਂ ਆਪੋ ਵਿੱਚ ਗੱਲਾਂ ਕਰਦੇ ਹੋ, ਤਾਂ ਉਸ ਵੇਲੇ ਫਿਰ ਇੱਕ ਦੂਜੇ ਨੂੰ ਸਵਾਲ ਕਰਦੇ ਹੁੰਦੇ ਆ ਨਾ ਕਿ ਦੇਸ਼ ਦਾ ਬੇੜਾ ਗਰਕ ਕਿਹਨੇ ਕੀਤਾ ਭਲਾ, ਕਿਹਦਾ ਨਾਂ ਲੈਂਦੇ ਹੁੰਦੇ ਹੋ ਭਲਾ। ਵੱਖ ਵੱਖ ਸਿਆਸੀ ਪਾਰਟੀਆਂ ਦਾ ਕਿਸੇ ਨੂੰ ਵੀ ਨਹੀਂ ਛੱਡਦੇ ਹੁੰਦੇ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ, ਵੱਖ ਵੱਖ ਪ੍ਰਧਾਨ ਮੰਤਰੀਆਂ ਦਾ ਦੇਸ਼ ਦਾ ਬੇੜਾ ਗਰਕ ਕਹਿੰਦੇ ਹੁੰਦੇ ਵੀ ਉਹਨਾਂ ਨੇ ਕੀਤਾ। ਅੱਤਵਾਦੀ ਫਿਰ ਕੌਣ ਹੁੰਦਾ ਜੀ ਭਲਾ? ਅੱਤਵਾਦੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਹੂ ਇਜ਼ ਦਾ ਟੈਰੋਰਿਸਟ ਐਂਡ ਟੈਰੋਰਿਜ਼ਮ ਕੀ ਹੁੰਦਾ ਹੈਗਾ? ਟੈਰੋਰਿਜ਼ਮ ਦੀ ਪਰਿਭਾਸ਼ਾ ਤੁਹਾਡੇ ਕੋਲ ਕੀ ਹੈਗੀ ਆ? ਸੋ ਮੈਨੂੰ ਲੱਗਦਾ ਕਿ ਆਪਣਾ ਆਹ ਖੋਪੜ ਲਫਜ਼ ਉਹਨਾਂ ਲਈ ਬੋਲਿਆ ਮੈਂ ਜਿਹੜੇ ਇੱਦਾਂ ਥੱਲੇ ਕਮੈਂਟ ਕਰਦੇ ਹੁੰਦੇ ਆ, ਉਹਨੂੰ ਥੋੜ੍ਹਾ ਜਿਹਾ ਵਰਤ ਕੇ ਕੰਪੈਰੀਜ਼ਨ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਗੱਲ ਕਲੀਅਰ ਹੋ ਜਾਵੇ। ਤਲਵਾੜਾ ਜੀ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਸੀਗੇ। ਦੇਖੋ, ਇੱਕ ਤੁਸੀਂ ਸ਼ਬਦ ਵਰਤਿਆ ਅੱਤਵਾਦੀ, ਹੈ ਨਾ, ਦਸਮ ਪਾਤਸ਼ਾਹ ਕੀ ਸੀਗੇ ਜੀ? ਉਹਨਾਂ ਦਾ ਪੰਥ ਹੈ ਜੀ, ਉਹਨਾਂ ਦੇ ਪੰਥ 'ਤੇ ਜਿਹੜਾ ਰਸਤਾ ਦਸਮ ਪਾਤਸ਼ਾਹ ਨੇ ਚੁਣਿਆ ਸੀ ਉਸੇ 'ਤੇ ਸਾਰੇ ਚੱਲਦੇ ਆ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਹੋਣੀ, ਹਰੀ ਸਿੰਘ ਨਲੂਏ ਹੋਣੀ, ਸੰਤ ਜਰਨੈਲ ਸਿੰਘ ਹੋਣੀ, ਭਾਈ ਜਗਤਾਰ ਸਿੰਘ ਹੋਣੀ, ਭਾਈ ਜਗਤਾਰ ਸਿੰਘ ਤਾਰੇ ਹੋਣੀ, ਹੈ ਨਾ ਜੀ, ਇਹਨਾਂ ਨੇ ਆਪਣੇ ਹੱਕਾਂ ਲਈ ਜੰਗ ਲੜੀ ਹੈ ਜੀ, ਜਿਹੜੀ ਦਸਮ ਪਾਤਸ਼ਾਹ ਨੇ ਕਿਹਾ ਬਿਲਕੁਲ ਜਾਇਜ਼ ਹੈ ਆਪਣੇ ਹੱਕਾਂ ਲਈ ਲੜਨਾ ਜੀ, ਹੈ ਨਾ। ਜੇ ਤੁਸੀਂ ਕਿਸੇ 'ਤੇ ਜਾਤੀ ਕਰੇਂਗੇ ਦਰਬਾਰ ਸਾਹਿਬ 'ਤੇ, ਜੇ ਨਾ ਟੈਂਕਾਂ ਤੋਪਾਂ ਲੈ ਕੇ ਇਹ ਆਉਂਦੇ ਫਿਰ ਕੋਈ ਜੰਗ ਨਹੀਂ ਸੀ ਇਹਨਾਂ ਨਾਲ, ਉਹਦਾ ਜਵਾਬ ਸਾਡਾ ਦੇਣਾ ਫਰਜ਼ ਸੀ, ਉਹ ਪੰਥ ਨੇ ਦਿੱਤਾ ਜੀ। ਅੱਤਵਾਦੀ ਹੁਣ ਕੌਣ ਹੈ? ਹੁਣ ਸ਼ਰੇਆਮ ਪਤਾ ਲੱਗ ਗਿਆ ਕਿ ਇੰਡੀਅਨ ਸਟੇਟ ਆਤੰਕਵਾਦ ਫੈਲਾ ਰਹੀ ਹੈ, ਕਿਵੇਂ ਸਿੱਖ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਔਰ ਜਿਹੜੇ ਉਹ ਕ੍ਰਿਮੀਨਲ ਬੰਦੇ ਨੇ ਉੱਥੇ ਦੇ ਉਹਨਾਂ ਨੂੰ ਚੁਣ ਚੁਣ ਕੇ ਪੈਸੇ ਦੇ ਕੇ ਮਰਵਾ ਰਹੇ ਨੇ, ਹੈ ਨਾ। ਇਸ ਤਰ੍ਹਾਂ ਜਿਹੜੀ ਪੰਥ ਦੀ ਗੱਲ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ, ਆਉਣ ਵਾਲਾ ਸਮਾਂ ਪੰਥ ਦਾ ਹੈ, ਪੰਥ ਨੇ ਚੜ੍ਹਦੀ ਕਲਾ 'ਚ ਰਹਿਣਾ ਅਤੇ ਚੜ੍ਹਦੀ ਕਲਾ ਵਿੱਚ ਹੈ ਔਰ ਹਮੇਸ਼ਾ ਰਹੂਗਾ। ਇਸ ਲਈ ਆਤੰਕਵਾਦ ਮੌਜੂਦਾ ਜਿਹੜੀ ਇੰਡੀਅਨ ਸਟੇਟ ਹੈ ਇਹ ਫੈਲਾ ਰਹੀ ਹੈ ਔਰ ਇਹਦਾ ਹਿਸਾਬ ਇਹਨੂੰ ਦੇਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ। ਅੱਜ ਦੇਖੋ ਤੁਸੀਂ ਕੈਨੇਡਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਅਮੈਰੀਕਾ ਦੇ ਵਿੱਚ ਕਿਵੇਂ ਸਿੱਖ ਆਗੂ ਜਿਨ੍ਹਾਂ ਦਾ ਆਤੰਕਵਾਦ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਉਹਨਾਂ ਨੂੰ ਚੁਣ ਚੁਣ ਕੇ ਮਾਰ ਰਹੇ ਨੇ, ਹੈ ਨਾ। ਅਤੇ ਇਹਦਾ ਹਿਸਾਬ ਇਹਨਾਂ ਨੂੰ ਦੇਣਾ ਪੈਣਾ। ਹੁਣ ਕਾਹਦੇ ਚੱਡਿਆਂ 'ਚ ਪੂਛ ਦੇ ਕੇ ਲੁਕਦੇ ਫਿਰਦੇ ਨੇ, ਹੁਣ ਦੇਣ ਜਵਾਬ। ਪਹਿਲਾਂ ਕੈਨੇਡਾ ਨੂੰ ਕਹਿੰਦੇ ਸੀ ਕਿ ਸਬੂਤ ਦਿਓ, ਹੁਣ ਵਿਸ਼ਵ ਦੀ ਸੁਪਰ ਪਾਵਰ ਅਮੈਰੀਕਾ ਨੇ ਸਾਰਾ ਕੁਝ ਸਾਹਮਣੇ ਰੱਖਤਾ ਯਾਰ, ਹੁਣ ਤਾਂ ਪੱਤਰਕਾਰਾਂ ਨੂੰ ਵੀ ਪਤਾ ਲੱਗਿਆ। ਇੱਕੋ ਜਿਹੜੇ ਹੋਰ ਇਹਨਾਂ ਦੇ ਬੋਲਦਾ ਹੁੰਦਾ ਸੀ ਕਾਰੀਆ ਫੌਜੀ ਜਿਹਾ, ਹੁਣ ਕਾਹਦੇ ਨਹੀਂ ਬੋਲਦਾ? ਹੁਣ ਕਹੋ ਯਾਰ, ਜੇ ਤੁਸੀਂ ਕੀਤਾ ਹੁਣ ਕਹੋ ਵੀ ਅਸੀਂ ਕਰਿਆ। ਪੰਥ ਨੇ ਤਾਂ ਜਿੰਨਾ ਕਰਿਆ ਠੋਕ ਵਜਾ ਕੇ ਕਿਹਾ ਵੀ ਅਸੀਂ ਕਰਿਆ। ਇਹ ਅਸਲ ਆਤੰਕਵਾਦ ਇੰਡੀਅਨ ਸਟੇਟ ਪੰਜਾਬ 'ਚ, ਜੰਮੂ ਕਸ਼ਮੀਰ 'ਚ, ਹੋਰਾਂ ਸੂਬਿਆਂ 'ਚ ਫੈਲਾ ਰਹੀ ਹੈ, ਦਬਾਉਣਾ ਚਾਹੁੰਦੇ ਨੇ ਘੱਟ ਗਿਣਤੀਆਂ ਨੂੰ, ਹੋਰ ਕੋਈ ਮਸਲਾ ਨਹੀਂ। ਜ਼ਰੂਰ, ਜਾਂਦੇ ਜਾਂਦੇ ਦੋ ਕਲੈਨਾਂ ਵਿੱਚ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨੂੰ ਵੀ ਕੁਛ ਨਾ ਕੁਛ ਜ਼ਰੂਰ ਕਹਿ ਜਾਓ, ਖਾਸ ਕਰਕੇ ਉਹਨਾਂ ਨੂੰ ਜਿਹਨਾਂ ਨੂੰ ਕਈ ਵਾਰ ਨਾ ਹਾਲੇ ਵੀ ਇਹ ਲੱਗਦਾ ਹੁੰਦਾ ਨਹੀਂ ਨਹੀਂ ਕੁਛ ਨਹੀਂ ਹੋਣਾ ਜੀ, ਬਸ ਖਤਮ ਹੀ ਆ ਹੋਣਾ, ਜਿਹੜੇ ਨਿਰਾਸ਼ ਹੋ ਕੇ ਬੈਠਿਆ ਜਾਂਦੇ ਜਾਂਦੇ ਉਹਨਾਂ ਨੂੰ ਕੁਛ। ਆਉਣ ਵਾਲਾ ਸਮਾਂ ਪੰਥ ਦਾ ਜੀ, ਪੂਰੀ ਚੜ੍ਹਦੀ ਕਲਾ ਹੋਣੀ ਹੈ ਖਾਲਸਾ ਪੰਥ ਦੀ, ਦਸਮ ਪਾਤਸ਼ਾਹ ਦੇ ਪੰਥ ਨੂੰ ਕੋਈ ਨਹੀਂ ਖਤਮ ਕਰ ਸਕਦਾ। ਮੇਰੀ ਨੌਜਵਾਨ ਪੀੜ੍ਹੀ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਯਾਰ ਟੈਲੀਫੋਨਾਂ 'ਚੋਂ ਤਾਂ ਨਿਕਲੋ, ਫੇਸਬੁੱਕ ਤੋਂ ਤਾਂ ਨਿਕਲੋ, ਉੱਥੇ ਹੀ ਬੈਠੇ ਸਾਰਾ ਕੁਛ ਕਰੀ ਜਾਂਦੇ ਆ, ਹੈ ਨਾ, ਕਿਤੇ ਇਕੱਠੇ ਨਹੀਂ ਹੁੰਦੇ। ਸਾਰੇ ਪੰਥ ਨੂੰ ਮੇਰੀ ਬੇਨਤੀ ਹੈ ਕਿ ਇਕੱਠੇ ਹੋ ਜਾਈਏ, ਹੁਣ ਇਕੱਠੇ ਹੋਣ ਦਾ ਮੌਕਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ, ਇਹ ਸਾਰੇ ਇਕੱਠੇ ਹੋਣੇ ਨੇ, ਜਿੰਨੇ ਸਿੱਖ ਵਿਰੋਧੀ ਧੜੇ ਨੇ ਇਹ ਸਾਰੇ ਇਕੱਠੇ ਹੋਣੇ, ਫਿਰ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ? ਅੱਜ ਤੁਸੀਂ ਦੇਖੋ ਕਿ ਕਿੱਡੀ ਵੱਡੀ ਤ੍ਰਾਸਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਭ ਤੋਂ ਨੁਮਾਇੰਦਾ ਜਮਾਤ ਹੈ, SGPC ਹੈ, ਅਤੇ ਜਿੰਨੇ ਸਿੱਖਾਂ ਦੇ ਕਤਲ ਹੋ ਰਹੇ ਨੇ, ਮਰਡਰ ਹੋ ਰਹੇ ਨੇ, ਕੋਈ ਨਹੀਂ ਬੋਲ ਰਿਹਾ ਯਾਰ, ਹੈ ਨਾ, ਖੁੱਡਾਂ 'ਚ ਵੜ ਗਏ। ਇਹਦਾ ਮਤਲਬ ਇੰਡੀਅਨ ਸਟੇਟ ਦੀਆਂ ਤੁਸੀਂ ਚਾਪਲੂਸੀਆਂ ਕਰਨ ਨੂੰ ਜੰਮੇ ਹੋ, ਤੁਸੀਂ ਮੁੱਖ ਮੰਤਰੀ MP ਬਣਨ ਨੂੰ ਜੰਮੇ ਹੋ, ਬੋਲਦਾ ਕੋਈ? ਲੱਤਾਂ 'ਚ ਜਾਨ ਹੈ ਨਹੀਂ। ਇਸ ਲਈ ਮੇਰੀ ਨੌਜਵਾਨੀ ਨੂੰ ਬੇਨਤੀ ਹੈ ਕਿ ਤੁਸੀਂ ਇਕੱਠੇ ਹੋ, ਹਰ ਜਗ੍ਹਾ ਆਪਾਂ ਇਹਨਾਂ ਨੂੰ ਚੈਲੰਜ ਕਰੀਏ, ਇਹਨਾਂ ਦੇ ਸਾਹਮਣੇ ਖੜੀਏ। ਕੋਈ ਜਿਹੜਾ ਗੁਰੂ ਦੇ ਸਿੱਖ
ਜਿਹੜਾ ਜਨਮ ਮਰਨ ਹੈ ਨਾ ਉਹ ਆਪਣੇ ਹੱਥੇ ਨਹੀਂ ਹੈ, ਉਹ ਜੇ ਉਹ ਗੁਰੂ ਦੇ ਹੱਥਾਂ ਫਿਰ ਆਪਾਂ ਇਹਨਾਂ ਤੋਂ ਡਰਨਾ ਕਾਹਤੇ ਆ ਯਾਰ। ਇਸ ਵਾਸਤੇ ਸਾਰੇ ਆਪਾਂ ਇਕੱਠੇ ਹੋਈਏ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਅਤੇ ਆਪਾਂ ਜਿਹੜਾ ਆਪਣਾ ਪੰਥ ਦਾ ਮਿਸ਼ਨ ਹੈ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਇਹਨਾਂ ਦੇ ਬਾਪ ਦਾ ਯਾਰ, ਇਹ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਲੈ ਸਕਦੇ ਹਾਂ ਔਰ ਆਉਣ ਵਾਲੇ ਸਮੇਂ 'ਚ ਪੰਥ ਲਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦ੍ਰਿੜਤਾ ਦੇ ਨਾਲ ਭਾਈ ਸਾਹਿਬ ਜੀ ਨੇ ਆਖਿਆ ਹੈਗਾ ਕਿ ਉੱਦਾਂ ਦੇ ਰਾਜ ਭਾਗ ਇੱਥੇ ਜ਼ਰੂਰ ਸਥਾਪਿਤ ਹੋ ਜਾਣਗੇ। ਸੋ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਅਸੀਂ ਤੁਹਾਨੂੰ ਜਾਂਦੇ ਜਾਂਦੇ ਫਿਰ ਦੱਸ ਦਿੰਦੇ ਹਾਂ ਕਿ ਕੌਮੀ ਯੋਧੇ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦੇ ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੂੰ ਅਦਾਲਤ ਦੇ ਵੱਲੋਂ 2 ਘੰਟੇ ਦੀ ਪੈਰੋਲ ਮਿਲੀ ਸੀਗੀ। ਸੋ ਆਨੰਦ ਕਾਰਜ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਸੀਗੇ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਉਹਨਾਂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਵਾਪਸ ਬੜੈਲ ਜੇਲ੍ਹ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।